अज बाबा जी का सारिया संगतान बेनती है कि जो छिंझ का मैदान बनाया है उसके आस पास जो बैठन की व्यवस्था की गई है सारे ही बड़े प्यार सत्कार नाल आके बैठन छिंझ मेले का आनंद लैन। बाकी जिन्हें भी सज्जन मेरे वीर पहलवान बाहरों आए हैं उन्हों का सारों पिंड वासियों वालों जी आया। एक होर जरूरी बेनती है जी, जिधर बीबिया भैन बैठा हन बैठिया हैं उधर मेरा वीर कोई भी ना जाए, चाहे पहलवान होवे जां कोई पिंड दा बंदा, सारिआं नूं बेनती है। सब ते वड्डा मेरा सतगुरु नानक जिहने गल रखी मेरी कि हाथ उत्ते हाथ धर मिलदी ना रोटी, वेला बंदा आखे मेरी किस्मत खोटी, वो करे दसां नूहां दी किरत जिहड़ा रब ही जांदा है। रख रब ते यकीन बंदा मरदा ना भुखा, वो ते कीड़िया दे मूंह वी अन्न पाई जांदा है। रख रब ते यकीन बंदा मरदा ना भुखा, वो ते कीड़िया दे मूंह वी अन्न पाई जांदा है। मेरे पंजाबी वीरो आज दी जिहड़ी कहिंदे छिंझ मेला वा पिंड हरमोया हरखोवाल दे नाल दा ही पिंड आ कहिंदे हरमोया, उथों दी कहिंदे अज पावन पवित्र धरती है जिथे साधु संतां दे महापुरखां दी पवित्र धरती है। दुआबे दे मेरे वीरो होशियारपुर जिले नूं बिलोंग करदा पिंड आ मेरे वीरो, दुआबे दी बुकल दे विच माण मत्ता पिंड आ हरमोया, जिथे अज कहिंदा छिंझ मेला करवाया जा रहा। मैं सारे भरावां दे संजोग नाल असली मर्द सियाने जिहड़े मूँह चों बाघ निकल गए ਉਹ ਬਿਰਥੇ ਨਹੀਂ ਜਾਣੇ, ਕਿ ਜਿਹੜੇ ਮੂੰਹ ਚੋਂ ਬੋਲ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ। ਧੰਨਵਾਦ ਕਰਦੇ ਹਾਂ ਬਾਬਾ ਜੀ ਵੱਲੋਂ ਆਸ਼ੀਰਵਾਦ ਜਿਹੜਾ ਪਿਆਰ ਪੁੱਜਾ ਵਾ, ਅਸੀਂ ਸਭ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ, ਕਿਉਂਕਿ ਜਿੰਨੇ ਵੀ ਪਹਿਲਵਾਨ ਆਏ ਆ ਜੀ, ਜਿਹੜੀ ਅਰਦਾਸ ਬੇਨਤੀ ਹੋਏਗੀ ਰੱਬ ਦੇ ਨਾਂ ਦੀ, ਤੇ ਫਿਰ ਜਿਹੜੀ ਕੁਸ਼ਤੀ ਦੀ ਸ਼ੁਰੂਆਤ ਕਹਿੰਦੇ ਅੱਜ ਫਾਹੀਆਂ ਖਰਾਕਾਂ ਕੰਮ ਆਉਣੀਆਂ, ਕਿ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖਰਾਕਾਂ ਕੰਮ ਆਉਣੀਆਂ। सारे भरा जिन्हें भी साडे अज दे, क्योंकि जिथे गामे पहलवान दियां गल्लां हुंदियां किते आओ जी, क्योंकि अज के जेडे अपने मुख सेवादार पवित्र धरती के अपने कहते कुश्तिया का जोर दिखाएंगे मैदान के विच, जेड़ा कहेंगे बल्ले बल्ले होनिया मेरे मेहनत के नाल इन्हां वाडियां शिंगारियां लगना मैदान विच जोर चोटी तरखाण का जेड़ा बणजू चोटी धागी। ਰਾਜਾ ਬੀਬੀਆਂ ਮਾਤਾਵਾਂ ਭੈਣਾਂ ਜਿੰਨੇ ਸਾਡੇ ਸਾਧੂ ਸੰਤ ਫਕੀਰ ਜਿਹੜੇ ਦਰਸ਼ਕ ਵੀਰ ਇਸ ਮੇਲੇ ਇਸ ਕੁਸ਼ਤੀ ਦੇ ਛਿੰਝ ਮੇਲੇ ਦੇ ਅਖਾੜਿਆਂ ਲਈ ਪੁੱਜੇ ਆ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਵੱਡਾ ਧੰਨਵਾਦ ਕਰਦੇ ਹਾਂ ਜੀ। ਕਿ ਮੈਂ ਕੀ ਆਉਣਾ ਕਿੱਥੋਂ ਭਲਵਾਨ ਰੱਜਦੇ ਮਿੱਤਰੋ, ਜਹਾਜ਼ਾਂ ਦੇ ਨਹੀਂ ਰੋੜੇ ਵੱਜਦੇ, ਪੜਾਕੂ ਮੂਹਰੇ ਡਿਗਰੀ ਨਾ ਕਦੇ ਅੜਦੀ ਤੇ ਚੋਰਾਂ ਮੂਹਰੇ ਅੜਦੇ ਨਹੀਂ, ਜਿੰਦੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣੇ। ਛਿੰਝ ਮੇਲਾ ਤੁਸੀਂ ਦੇਖ ਸਕਦੇ ਹੋ ਆਰ ਐਸ ਮੀਡੀਆ ਯੂਟਿਊਬ ਖੋਲਾ ਯੂਟਿਊਬ ਪੇਜ ਤੇ ਭਰ ਦਿਓ ਆਰ ਐਸ ਮੀਡੀਆ, ਤੇ ਨਾਲ ਹੀ ਜਿਹੜਾ ਛਿੰਝ ਮੇਲਾ ਆਪਣਾ ਹਰਮੋਇਆ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਕਹਿੰਦੇ ਦਬਾਬੇਦਾਰ ਖਾ ਕੇ ਜਿਹੜਾ ਢਹਿਜੇ ਮੱਲ ਜੀ, ਇਹ ਤੋਂ ਵੱਡੀ ਬੇਇੱਜ਼ਤੀ ਦੀ ਕਿਹੜੀ ਗੱਲ ਜੀ, ਜਿਹੜਾ ਖਾ ਕੇ ਦੁਨੀਆਂ ਦਾ ਨਾਂ ਰੋਸ਼ਨ ਕਰੇ
ਉਹਨੂੰ ਖੁਰਾਕਾਂ ਖਵਾਉਣ ਦਾ ਫਾਇਦਾ ਵਾ ਜਿਹੜਾ ਖਾ ਕੇ ਖੁਰਾਕਾਂ। ਲਓ ਜੀ ਆਸ਼ੀਰਵਾਦ ਕਹਿੰਦੇ ਆਪਣੇ ਸਾਧੂ ਸੰਤ ਜਿਹੜੇ ਵਾਹਿਗੁਰੂ ਜੀ ਆਪਣੇ ਸਤਿਕਾਰਯੋਗ ਜਿੰਨੇ ਵੀ ਬਜ਼ੁਰਗ ਆ ਸਾਧੂ ਸੰਤ ਪੁੱਜੇ ਆ ਉਹਨਾਂ ਵੱਲੋਂ ਕਹਿੰਦੇ ਆਸ਼ੀਰਵਾਦ ਦੇ ਦਿੱਤਾ ਗਿਆ ਵਾ ਤੇ ਪਹਿਲੀ ਜਿਹੜੀ ਕੁਸ਼ਤੀ ਪਾਉਣ ਜਾ ਰਹੀ ਆ ਉਹ ਹੋ ਰਹੀ ਆ ਜੀ ਵੀਰੋ ਪੰਡੋਰੀ ਬੀਬੀ ਵਾਲਾ ਵਰਸਸ ਪੰਕਜ ਅਖਾੜਾ ਹੁਸ਼ਿਆਰਪੁਰ ਕਿਹੜਾ ਕਹਿੰਦੇ ਭਲਵਾਨ ਬੱਲੇ ਬੱਲੇ ਕਰਾਓ ਕਿਹੜਾ ਕਹਿੰਦੇ ਪੇਠਲ ਪਾ ਕੇ ਇੱਥੋਂ ਕਹਿੰਦੇ ਪੰਡੋਰੀ ਦੀ ਛਿੰਜ ਦੇ ਵਿੱਚ ਕਿਹੜਾ ਕਹਿੰਦੇ ਹਰਮੋਇਆ ਦੀ ਧਰਤੀ ਤੋਂ ਕਹਿੰਦੇ ਜਿੱਤ ਕੇ ਬੱਲੇ ਬੱਲੇ ਕਰਾਊਗਾ ਉਹ ਸ਼ੱਕ ਤਾਂ ਰਹਿਣੀ ਆ ਛਿੰਜ ਮੇਲਾ ਕਹਿੰਦੇ ਹਰਮੋਇਆ ਦਾ ਧੱਕਦਾ ਧੱਕਦਾ ਪੈਣੀ ਆ ਧੱਕਦਾ ਪੈਣੀ ਆ ਪਰ ਪਹਿਲਵਾਨ ਘੁਲਦੇ ਕਹਿੰਦੇ ਜ਼ੋਰ ਪੂਰਾ ਲੱਗਾ ਹੋਇਆ ਵਾ ਅਜੇ ਸ਼ਰਮਾਤਾ ਵਾ ਕਿ ਹਾਲੇ ਤਾਂ ਸ਼ਰਮਾਤਾ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਸਦਾ ਸਫ਼ਰ ਵਿੱਚ ਚੱਲਦੇ ਰਹਿਣਾ ਇਹੀ ਕਿਸਮਤ ਰਾਹੀ ਦੀ ਦੁਸ਼ਮਣ ਵੀ ਹੋਵੇ ਪਾਹੇ ਤਲਵਾਰ ਭਲਵਾਨ ਦੋਨੋਂ ਕਹਿੰਦੇ ਥੱਲੋ ਬੋਲੀ ਕਰਾ ਰਹੇ ਆ ਇਹਨਾਂ ਭਲਵਾਨਾਂ ਦੀ ਟੱਕਰ ਜਿਹੜੀ ਅੱਜ ਕਹਿੰਦੇ ਖੇਡ ਦੇ ਮੈਦਾਨਾਂ ਵਿੱਚ ਚੱਲ ਰਹੀ ਆ ਅਖਾੜੇ ਦੇ ਵਿੱਚ ਬੱਲੇ ਬੱਲੇ ਹੋ ਰਹੀ ਆ ਉਹ ਬੱਲੇ 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 ਕਿ ਖਾ ਕੇ ਗਾ ਖੁਰਾਕਾਂ ਜਿਹੜਾ ਢਹਿ ਜੇ ਮਲ ਜੀ ਇਹ ਤੋਂ ਵੱਡੀ ਮਾੜੀ ਹੋਰ ਕਿਹੜੀ ਗੱਲ ਜੀ ਖਾ ਕੇ ਖੁਰਾਕਾਂ ਜਿਹੜਾ ਢਹਿ ਜੇ ਮਲ ਜੀ ਇਹ ਤੋਂ ਵੱਡੀ ਦੱਸੋ ਹੋਰ ਮਾੜੀ ਕਿਹੜੀ ਗੱਲ ਜੀ ਇਹ ਤੋਂ ਮਾੜੀ ਹੋਰ ਦੱਸੋ ਕਿਹੜੀ ਗੱਲ ਜੀ ਲਓ ਦੂਸਰੀ ਜਿਹੜੀ ਕੁਸ਼ਤੀ ਆਉਣ ਜਾ ਰਹੀ ਆ ਮੇਰੇ ਵੀਰਿਓ ਇੱਕ ਬੰਨਿਆ ਕਹਿੰਦੇ ਵਿੱਕੀ ਹੁਸ਼ਿਆਰਪੁਰ ਵਾਲਾ ਨਾਲ ਆ ਕਹਿੰਦੇ ਰਵੀ ਅਖਾੜਾ ਕਰਤਾਰਪੁਰ ਕਰਤਾਰਪੁਰ ਲਓ ਕਹਿੰਦੇ ਸਾਨ ਜਿਹੜੇ ਸਾਨਾਂ ਦੀਆਂ ਟੱਕਰਾਂ ਸਾਨਾਂ ਵਾਲਾ ਭੇੜ ਹੁੰਦਾ ਪਿਆ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰਿਓ ਅਖਾੜਾ ਕਹਿੰਦੇ ਪੂਰਾ ਮਗਿਆ ਹੋਇਆ ਵਾ ਸ਼ਰਮਾਤ ਹੋਈ ਆ ਦੂਜੀ ਕੁਸ਼ਤੀ ਦੀ ਮੇਰੇ ਵੀਰਿਓ ਕਹਿੰਦੇ ਇਹ ਵੀ ਜਿਹੜੇ ਅੱਜ ਮਿਹਨਤ ਕਰ ਰਹੇ ਆ ਕਿ ਮੁੱਲ ਪੈਣ ਸਰੀਰਾਂ ਦੇ ਜਿਹਨਾਂ ਲਾਈਆਂ ਮਿਹਨਤ ਉੱਠ ਕੇ ਧਨ ਜ਼ੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਜਿਹੜੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਪੀਰ ਬਾਬਾ ਹਸਰ ਮੁਹੰਮਦ ਜੀ ਉਹਨਾਂ ਦੇ ਕਹਿੰਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ ਕਿ ਜਿਹੜੇ ਮੂੰਹ ਚੋਂ ਬੋਲ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ ਉਹ ਵਿਰਥੇ ਨਹੀਂ ਜਾਣੇ ਅਖਾੜਾ ਹੁਸ਼ਿਆਰਪੁਰ ਚੌਥੀ ਕੁਸ਼ਤੀ ਹੈ ਜੀ ਤੇ ਹੁਣ ਤੀਜੀ ਕੁਸ਼ਤੀ ਜਿਹੜੀ ਆਉਣ ਜਾ ਰਹੀ ਹੈ ਹਿੰਮਤ ਅਖਾੜਾ ਭੀਖੋਵਾਲ ਵਰਸਤ ਜੀਤਾ ਸ਼ੇਰ ਬਣਾਉਣਾ ਘਰ ਖਵਾਉਣਾ ਹੀ ਪੈਂਦਾ ਏ ਜੇ ਪੁੱਤ ਨੂੰ ਸ਼ੇਰ ਬਣਾਉਣਾ ਸੰਧੂਆ ਘਰ ਖਵਾਉਣਾ ਹੀ ਪੈਂਦਾ ਕਿਉਂਕਿ ਸ਼ੇਰ ਪੁੱਤ ਫਿਰ ਉਹਨਾਂ ਦੇ ਬਣਦੇ ਆ ਜਿਹੜੇ ਕਹਿੰਦੇ ਖੁਰਾਕਾਂ ਖਾਂਦੇ ਡੰਡ ਬੈਠਕਾਂ ਲਾਉਂਦੇ ਵੇੜਦਾ ਲਾਉਂਦੇ ਚਾਰ ਵਜੇ ਜਦੋਂ ਪਾਠੀ ਕਹਿੰਦੇ ਸਰਦਾਰ ਗੁਰਮੀਤ ਸਿੰਘ ਜੀ ਪੁੱਜੇ ਆ ਜੀ ਤੇ ਇਹ ਵੀ ਕਹਿੰਦੇ ਹਰਮੋਇਆਂ ਦੀ ਧਰਤੀ ਆ ਹਰਮੋਇਆਂ ਦੀ ਧਰਤੀ ਤੇ ਆ ਜਿਹੜੇ ਐਮ ਸੀ ਸਾਹਿਬ ਆ ਅੱਜ ਵਿਸ਼ੇਸ਼ ਤੌਰ ਤੇ ਸਾਡੇ ਚੀਫ ਗੈਸਟ ਪੁੱਜੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਐਮ ਸੀ ਸਾਹਿਬ ਆ ਜੀ ਜਿਹੜਾ ਵਿਸ਼ੇਸ਼ ਸਨਮਾਨ ਬੀਬੀ ਰਤਨ ਕੌਰ ਜੀ ਦਾ ਕੀਤਾ ਜਾਣਾ ਵਾ ਲਓ ਫਿਰ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਕੁਸ਼ਤੀ ਜਿਹੜੀ ਤਿਆਰ ਬਰ ਤਿਆਰ ਹੋ ਚੁੱਕੀ ਆ ਦੋ ਕਹਿੰਦੇ ਭਲਵਾਨ ਭਿੜ ਰਹੇ ਆ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਵਿਸ਼ੇਸ਼ ਸਨਮਾਨ ਸਾਡੇ ਕਲੱਬ ਵਾਲੇ ਵੀਰਾਂ ਨੂੰ ਲੈ ਜਾਣ ਜੀ ਆਪਣਾ ਵਿਸ਼ੇਸ਼ ਸਨਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਰਤਨ ਕੌਰ ਜੀ
अपना जरा विशेष सम्मान साढ़े भरावान को लै जाने जी अपना विशेष सम्मान लो कुश्ती चल रही है एक बने कहते हिम्मत आ लाल लंगोड़ दे कहते हिम्मत आ और नीली लंगोड़ दे जीता वा मेरे प्यारे वीरियो जीता पैर मारिया ते कहते जरा लाल लाल लंगोड़ वाला हिम्मत आ बल्ले बल्ले खेड़ दे मैदान बच्च कराउन लिए तैयार पर तैयार आ उधर ढोलिया का भी धन्यवाद करते हैं साढ़े वीर का जेडे कहते खेड़ दे मैदान हाजरी लवा रहे पर इधर कहते हिम्मत दी साडे बहुत ही सत्कार जो रिस्पेक्टेड बीबी रतन जो क्योंकि मावां दे नाल ही खड़िया शाबा होंदिया ने असीं धन्यवाद आओ जी रफी भीखोवाल वर्सस वीरो महमोवाल उस्तादा को पढ़ते केड़े केड़े कुश्ती च ये उस्तादा को पढ़ते साढ़े बहुत ही सत्कार योग गुरमीत सिद्धू लो जी बाबा आवे जी बाबा अजड़ा मोनी अखाड़ा लो पंजवी कुश्ती जड़ी प्रिंस होशियारपुर हर्ष भीखोवाल आओ जी खेड के मैदान में भलवानों को बेनती आ अखाड़ा जीत सिंह एम सी होशियारपुर वाले वालों जोड़े बड़े योगदान इस छिंझ मेले लिए 5000 से 100 रुपए की नकद राशि जोड़े इस खेड मेले वाले छिंझ मेले वाले पुजी आ साडे भरावां नूं बड़े योगदान दिते आ जी असीं एम सी साहब जी का बड़ा दिल दिया गहराइया तो धन्यवाद करते हैं जी साढ़े बहुत ही सत्कारयोग लो फिर कहते भलवाना की कुश्ती चल रही है बल्ले बल्ले केड़ा करते करवाऊगा बल्ले बल्ले केड़ा करवाऊगा भाई और नाले ये भी सामने अगले पहलवान भी तैयार रहन जी अगले पहलवान वीरा अखाड़ा पंडोरी बीबी वर्सस वीर अखाड़ा होशियारपुर ये भी पहलवान जड़े ग्राउंड के लिए तैयार रहना ये भी पहलवान जड़े कहते उधर कामयाबियां तरक्कियां बख्शिश करे ओ लो सामने कहते कुश्ती कहते पटके नहीं जिहड़ी कहते बल्ले बल्ले पर जोर कहते दिमाग का भी काम होंदा वा कलवी साई अखाड़ा होशियारपुर वर्सस आर वी भीखोवाल ये भी माला अगली कुश्ती लिए तैयार रहन साई अखाड़ा होशियारपुर वर्सस आर वी लो दोनों पहलवानों के कहते कुश्ती के मुकाबले हो जा रहे मेरे पंजाबी वीरियो और कहते मुकाबला सख्त आ स्वस्थ आ मेरे वीरियो एक बने बाबा जड़ाम वाला वा पर कहते मोंटी आ मोंटी आ जिन्हें कहते ढागे बाबे उपर पिठ से बह गया बल्ले बल्ले करा दी मेरे वीरियो बल्ले 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 कहते कदे उत्ते थले कदी पूरे बल्ले बल्ले इन्हें भी समान पैरी लगने नहीं चाहिए दो चीजा बंदे मार दिया जा रो पैर दे सोल कदे छड़ने नहीं चाहिए दो चीजा बंदे मार दिया इधरों कदे जड़ा मेला अज का छिंझ मेला अखाड़ा सफल हो जाए आ गई जी साई अखाड़ा होशियारपुर वर्सस आर वी भीखोवाल जी सुदेश राणी खैड़ा सुदेश राणी खैड़ा सरपंच सुदेश राणी खेड़ा सरपंच दे
ਉਹ ਵੀ ਆਪਣਾ ਵਿਸ਼ੇਸ਼ ਸਨਮਾਨ ਲੈ ਕੇ ਜਾਣ। ਹਰਪ੍ਰੀਤ ਸੰਧੂ ਸਾਡੇ ਵੀਰ ਆਣ ਕਰਾਈ, ਉਹ ਵੀ ਪਹਿਲਵਾਨ ਅਗਲੀ ਕੁਸ਼ਤੀ ਲਈ ਤਿਆਰ ਰਹਿਣ। ਇਹ ਤੋਂ ਅਗਲੀ ਕੁਸ਼ਤੀ ਆ ਜੀ, ਤੈਨੂੰ ਕਹਿੰਦੇ ਗੱਭਰੂ ਤਿਆਰ ਵਰਦੇ ਆ ਰਿਹਾ, ਕਹਿੰਦੇ ਚੋਟੀ ਦੇ ਜਿਹਨਾਂ ਨੇ ਪਹਿਲਵਾਨ ਕਹਿੰਦੇ ਉਹ ਹੁੰਦਾ ਕਿ ਉਹ ਕਾਲਾ ਮਲ ਖਾ ਕੇ ਖਰਾਕਾ ਘਰ ਬਾਹਰ ਜਿਹੜਾ ਕਹਿੰਦਾ ਰੋਡ ਦਾ ਸਿੰਘ ਜਿਨ੍ਹਾਂ ਨੂੰ 5000 ਰੁਪਏ ਦੇ ਵੱਡੇ ਯੋਗਦਾਨ ਤੇ ਸਦੇਸ਼ ਰਾਣੀ ਖੇੜਾ ਸਾਡੇ ਸਰਪੰਚ ਸਾਹਿਬ, ਸਰਪੰਚ ਅਮਰਜੀਤ ਸਿੰਘ ਹਰਮੋਇਆ, ਹਰਪ੍ਰੀਤ ਸਿੰਘ, ਹਰਪ੍ਰੀਤ ਸੰਧੂ ਖੇੜਾ ਬਬਲੂ, ਨਾਲ ਬਾਬਾ ਜਸਵੀਰ ਸਿੰਘ ਮੰਦਰ, ਬਾਬਾ ਬਾਲਕ ਨਾਥ ਮਲ ਜਿਹੜੇ ਕਹਿੰਦੇ ਗਰਾਊਂਡ ਦੇ ਵਿੱਚ ਅਖਾੜੇ ਵਿੱਚ ਆ ਜਾਇਆ ਕਰੋ, ਕਿਉਂਕਿ ਅਖਾੜਾ ਪਹਿਲਾਂ ਇਨਾਮ ਜਿਹੜਾ 7000 100 ਰੁਪਇਆ ਮੇਰੇ ਪੰਜਾਬੀ ਵੀਰਿਓ 7000 ਦੇ ਕਹਿੰਦੇ 100 ਰੁਪਇਆ ਵਾ ਨਾਲ ਹੀ ਸਾਡੇ ਸਤਿਕਾਰਯੋਗ ਉਹ ਬੱਲੇ 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 ਉਹ ਨੱਥੂ ਕਹਿੰਦੇ ਜਿਹਨੇ ਕਹਿੰਦੇ ਗੌਲੇ ਦੇ ਬਾਜ ਕਣਵਾਈ ਫਿਰਦਾ ਵਾ, ਬੱਲੇ ਬੱਲੇ ਕਹਿੰਦੇ ਤਕੜੇ ਟੱਕਰਾਂ ਕਹਿੰਦੇ ਦੋਨਾਂ ਮੱਲਾਂ ਦੀਆਂ ਹੋ ਗਈਆਂ, ਬੱਲੇ ਬੱਲੇ ਖੇਡ ਦੇ ਮੈਦਾਨ ਵਿੱਚ ਹੋਈ ਜਾਂਦੀ ਹੈ ਮੇਰੇ ਵੀਰਿਓ, ਬੱਲੇ ਬੱਲੇ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਹੋਈ ਜਾਂਦੀ ਆ, ਕਹਿੰਦੇ ਨਾ ਧੁੱਪਾਂ ਦੇ ਵਿੱਚ ਸੜਦੇ ਆ ਨਾ ਵਿੱਚ ਸਿਆਲਿਆ ਫੜਦੇ ਆ, ਜਦੋਂ ਪਾਠੀ ਬੋਲੇ ਤੜਕੇ ਨੂੰ ਕੀ ਤੋੜ ਮਿਹਨਤਾਂ ਕਰਦੇ ਆ ਕਿ ਪੱਟਾਂ ਦੇ ਨਾਲ ਪੱਟ ਖੈਂਦੇ ਨਾਲੇ ਡੋਲੇ ਹਾਮੀ ਭਰਦੇ ਆ, ਤਾਂ ਕਿਹੜੇ ਕਿਹੜੇ ਕੁਸ਼ਤੀ ਚ ਲਓ। ਨਾਲ ਹੀ ਸਾਡੇ ਭਰਾਵਾਂ ਦਾ ਜਿਹੜਾ ਧੰਨਵਾਦ ਹੈ, ਰਿੰਕੂ ਸਿੱਧੂ, ਰਮਿੰਦਰ ਜੀਤ ਸਿੱਧੂ, ਘੋਗੀ ਖਾੜਾ ਹੁਸ਼ਿਆਰਪੁਰ, ਗੌਰਵ ਗੜ ਸ਼ੰਕਰ, ਸਪੈਸ਼ਲ ਆ ਜੀ ਜਿਹੜੇ ਇਹਨਾਂ ਖਿਡਾਰੀਆਂ ਦੇ ਜਿਹੜੇ ਕਹਿੰਦੇ ਭਲਵਾਨ ਆ ਜੀ ਸਾਡੇ, ਕਿਉਂਕਿ ਜੋਧੇ ਵਸਦੇ ਰਹਿਣ ਤਰੱਕੀ ਆ, ਸਦਾ ਹੀ ਰੱਬ ਬਖਸ਼ੇ ਇਹਨਾਂ ਨੂੰ, ਅਸੀਂ ਜੀ ਅਮਲ ਕੰਮ ਕਰਦੇ ਆ ਦਿਲ ਦੀਆਂ ਗਹਿਰਾਈਆਂ ਤੋਂ, ਵੱਡਾ ਧੰਨਵਾਦ ਕਰਦੇ ਹਾਂ ਜੀ, ਵੱਡਾ ਧੰਨਵਾਦ ਕਰਦੇ ਹਾਂ ਸਭ ਵੀਰਾਂ ਦਾ ਧੰਨਵਾਦ ਕਰਦੇ ਹਾਂ। ਲਓ ਖੇਡ ਦੇ ਮੈਦਾਨਾਂ ਵਿੱਚ ਕੁਸ਼ਤੀ ਕਹਿੰਦੇ ਖਿਓਦਾ ਵਾ ਹੁਸ਼ਿਆਰਪੁਰ ਵਾਲਾ, ਨਾਲ ਕਹਿੰਦੇ ਗੌਰਵ ਆ ਜਿਹੜੇ ਕਹਿੰਦੇ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਉਹ ਛਿੰਝ ਮੇਲੇ ਦੇ ਵਿੱਚ ਕਹਿੰਦੇ ਬੱਲੇ ਬੱਲੇ ਕਰਾ ਰਹੇ ਪੰਜਾਬੀ ਵੀਰ, ਕਿ ਬੁੱਕਾ ਭਰ ਭਰ ਵੰਡਦੇ ਸੀ ਜੋ ਹੋਰਾਂ ਨੂੰ, ਸਮਾਂ ਬਦਲਿਆ ਲੈਣ 'ਚ ਖੜਦੇ ਦੇਖੇ ਨੇ ਪਰ ਕਿਹੜਾ ਜਾਣੇ ਉਹ ਮਾਲਕ ਦੇ ਰੰਗਾਂ ਨੂੰ, ਇੱਥੇ ਤਾਂ ਜੂਦੇ ਡੁੱਬੇ ਡੁੱਬੇ ਡਰਦੇ ਦੇਖੇ ਨੇ, ਜਿਹੜੇ ਕਹਿੰਦੇ ਵਹਿਮ ਦਾ ਕੋਈ ਇਲਾਜ ਨਹੀਂ, ਚੌਂਕਾਂ ਦੇ ਵਿੱਚ ਖੋਪੇ ਧਰਦੇ ਦੇਖੇ ਨੇ ਪਰ ਬਾਹਰ ਸਮਾਨ ਕਰੀ ਨਾ ਫੋਕੀ ਸ਼ੋਰ ਦਾ, ਇੱਥੇ ਤਾਂ ਦਿਲ ਦੇ ਡਾਕਟਰ ਦਿਲ ਦੇ ਦੌਰੇ ਨਾਲ ਮਰਦੇ ਦੇਖੇ ਨੇ। ਲਓ ਅਗਲੇ ਜਿਹੜੇ ਸਪੈਸ਼ਲ ਕੁਸ਼ਤੀ ਆ ਜੀ, ਘੋਗੀ ਅਖਾੜਾ ਹੁਸ਼ਿਆਰਪੁਰ ਵਰਸਸ ਗੌਰਵ ਗੜ ਸ਼ੰਕਰ, ਦੋਨੋਂ ਕਹਿੰਦੇ ਕੁਸ਼ਤੀ ਚੋਟੀ ਦੀ ਹੋਣੀ ਆ, ਚੋਟੀ ਦਾ ਮੁਕਾਬਲਾ ਜਿਹੜਾ ਕਹਿੰਦੇ ਸੋਹਣਾ ਮੇਰੇ ਵੀਰੋ, ਮੁਹੰਮਦ ਸ਼ਾਹ ਜੀ ਵੈਲਫੇਅਰ ਸੋਸਾਇਟੀ ਹਰਮੋਇਆ ਇਹਨਾਂ ਦਾ ਵੱਲੋਂ ਇਸ ਛਿੰਝ ਮੇਲੇ ਲਈ 5100 ਰੁਪਏ ਦੇ ਵੱਡੇ ਯੋਗਦਾਨ ਇਸ ਛਿੰਝ ਮੇਲੇ ਲਈ ਪੁੱਜੇ ਆ, ਅਸੀਂ ਇੰਸਪੈਕਟਰ ਸਤਪਾਲ ਸਿੰਘ ਜੀ ਦਾ ਵੀ ਧੰਨਵਾਦ ਕਰਦੇ ਹਾਂ। ਕੋਈ ਸਾਈਕਲ ਵੀ ਲਵੇ ਵਿਆਜ ਉੱਤੇ ਤੇ ਕੋਈ ਕਾਰਾਂ ਚ ਕੁੱਤੇ ਘੁਮਾਈ ਫਿਰਦਾ, ਕੋਈ ਮੱਛਰਾਂ ਨੂੰ ਮਾਰਦਾ ਸੌ ਵਰਸਸ ਗੌਰਵ ਮਹਿਲਪੁਰ ਵਾਲੇ, ਦੋਨੋਂ ਕਹਿੰਦੇ ਮਲ ਉਹ ਭਿੜ ਰਿਹਾ ਮੈਦਾਨਾਂ ਦੇ ਵਿੱਚ, ਜਿਹੜੇ ਕੁਸ਼ਤੀ ਕਹਿੰਦੇ ਸਿਰੇ ਦੀ ਚੱਲ ਰਹੀ ਆ ਸਿਰਾ ਕਰਵਾਉਣਗੇ ਅੱਜ, ਕਹਿੰਦੇ ਖੇਡਦੇ ਮੈਦਾਨਾਂ ਵਿੱਚ ਜਿਹੜੀਆਂ ਕੁਸ਼ਤੀਆਂ ਹੋ ਰਹੀਆਂ ਕਿ ਮੁੱਲ ਪੈਰ ਸਰੀਰਾਂ ਦੇ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਧਨ ਜੋਰ ਚੋਪਰਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ, ਇਹ ਅੜੀਆਲ ਘੋੜੇ ਆ ਕਰ ਹੀ ਜਾਂਦੇ ਨੇ ਮਨਮਾਨੀ, ਕਿ ਰਾਜੇ ਕੇਲੇ ਹੱਟ ਪਿੱਛੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ, ਰਾਜੇ ਖੇਲੇ ਹੱਥ ਪਿੱਛੇ ਲੁੱਟੀਆਂ ਪਾਉਂਦੀ ਫਿਰੇ ਜਵਾਨੀ। ਲਓ ਜੀ 2 ਮਿੰਟ ਦਾ ਸਮਾਂ ਤੁਹਾਡੇ ਕੋਲ ਭਲਵਾਨਾ, ਜਿੱਤ ਤੇ ਹਾਰ ਦਾ ਫੈਸਲਾ 2 ਮਿੰਟ ਵਿੱਚ ਪਤਾ ਹੋ ਜਾਣਾ,
उधर छोटी रमाली दे जेड़ा वीरा बरियाला वीरू खान पर वो भी पहलवान तैयार रहन जी छोटी रमाली दे लो जी अगला जेड़ा कुश्ती दंगल होना वो दस दे सानू कोल वीर सिद्धू जी हरजिंदर सिद्धू जी हैप्पी पहलवान ताजोवाल अतेंद्र सोता बुरे राजपूता सदा वीर है कनेडा वाला उस वीर का भी धन्यवाद करते हैं कमलजीत सिद्धू लखवीर सिद्धू नीटा तीनों भरा कहते क्रीस में जा बसे ने सारे भरावान का धन्यवाद करते हैं नेंद्र सिद्धू जी वरेंद्र सिद्धू नाले असं अपने लाइव वाले भरा का धन्यवाद करते हैं आर एस मीडिया यूट्यूब से तुम देख सकते हो भरा का यूट्यूब खोलो पेज पर भर दो आर एस मीडिया तो अज का जोड़ा छिंज मुकाबले हो रहे हैं जिड़िया कुश्तियां हो रही तुम देख सकते हो हैप्पी भलवान ताजोवाल उस भरा का भी बड़ा धन्यवाद करते हैं जेड़े हैप्पी भरा समझ जाने असं अपने रैफरी सहबाना का भी धन्यवाद करते हैं सब का ही दिल दया गहराइया तो जिन्हें साढ़े सत्कार योग चीफ गैसट पुजे आ रब वर्गे साधु संत पुजे आ सब का धन्यवाद करते हैं जी सारे लो इधर छोटे छोटे कहते बच्चों ने भी जी कुश्ती हो रही है कि मुल उन्होंने पैर जिन्होंने खाधिया खुराक कि कहते जो नभाने नहीं आती ना लायो किसी नाल जारी तीनों चंडे ही काम आते ने चेला थरपा अते खड़ारी तीनों चंडे काम आते ने चेला खुरपा अते खड़ारी जेड़े चंडे गए वो समझ लो फिर मार नहीं खाते वो फिर कहते उस्ताद बन गए उधर साढ़े बलगियार पर सब का धन्यवाद है जी साढ़े रब वर्गे स्रोतिया का नाल ही साढ़े जिन्हें भी साढ़े एन आर आई वीर का धन्यवाद है जी रिंकू सिद्धू जी रविंद्रजीत सिद्धू कुलवीर सिद्धू हरजिंदर सिद्धू हैप्पी पहलवान ताजोवाल अतेंद्र स्पैशल कुश्ती स्पैशल जिले बड़े पहलवान है धोगी अखाड़ा होशियारपुर वर्सस गौरव गढ़ शंकर धोगी अखाड़ा होशियारपुर धोगी होशियारपुर वाला वा ते गौरव गढ़ शंकर वाले के मजा साल साल चुकिया ने बूढ़िया बाने कोट कोट के खवाजा मेनू चूड़िया पहल वाला गढ़ शंकर वाला उधर कमल हनी ते कुलविंदर साडा एनआरआई वीर इन्हां दा धन्नवाद करदे आ कमल हनी ते कुलविंदर साडा वीर जिहड़ा उस वीर दा भी धन्नवाद करदे आ साबी वीर साडा साबी भलवान खेड़ा अगली कुश्ती होण जा रही शरीफ अली वर्सस विक्की होशियार कृपा उस नगर ते हर साल ही कहते जेठ की संगरात नूं जिहड़ा निशान साहब अकाल बाद जिहड़ा कृपा उस नगर ते मेरे वीरो हनी भरा का भी धन्नवाद आ कमल हनी कुलविंदर साडा वीर एन आर आई भरा उधर साडा वीर जीतू भलवान क्योंकि अज भलवाना के जोर कहते खेडते मैदानों में परखे जाने के मझा साल साल चुकी जाने बूरियां माने कुट कुट के खवाइया मेनू चूड़िया जो लई ग्राउंडा बच्चे गेड़ा एवें नहीं तरीफा आंदिया के नाम बोलना स्पीकर च मेरा एवें नहीं तरीफा आंदिया नाम बोलदा स्पीकर च मेरा एवें नहीं तरीफा होंदिया लो अगली कुश्ती तेरहवीं कुश्ती आ जी शरीफ अली विक्की होशियारपुर वाला ये भी पहलवान मल जड़े रेडी रहन जी तैयार रहन उधर साडा वीर दीप दशिया रहा फिर तालियां मार दो खुल के ना बल्लाली क्योंकि हौसला अफजाई कर दियो कि पट्टा दे नाल पट खेंदे ने डोलियां नूं हाथ नहीं पैंदे ने केड़े पिंड दा गबरू लोकी उंगला कर कर पुछदे आ गज गज चौड़ियां छातियां बारे जदों विच मैदान दे गज गज
चौड़िया छातियां वाले जो बच्चे मैदान के बुकते हैं एक बने घोगी आ स्पैशल जेडे अखाड़े के होशियारपुर वाला घोगी नाल कहते गौरविया गढ़ शंकर वाला जिन्हें पिछों की बगला भरिया वा लाल लंगोड़ के बच्चे कहते घोगी आ होशियारपुर वाला ते नाल कहते गौरविया गढ़ शंकर वाला जिन्हें पिछों की बगला भर लिया कहते पहलवान पहलवानी कहते बल्ले बल्ले होंगी पई आ रैडी रैन जी आ जाओ जी ग्राउंड के बच्चे जेडे मैदान अखाड़े आन अगला जी सोनू पहलवान पट्टी लो जी तैयार पर तैयार है नाल धन्यवाद करते जिन्हों भरावान का धन्यवाद असी वे विशेष तौर पर चेचे तौर पर असं दिल दिया गहराइया तो उन्होंने भरावान का धन्यवाद करते जिन्हें साडे रब रूपी टाइम जिंदगी का भरोसा नहीं एक गल सुना जा रहा कि जिंदगी दे विच चाहे आप बच्चे से जवान होए बुजुर्ग होए सारिया स्टेजा असं देखिया कि कभी जिंदगी च किसी नाल मखौल ना करो जे अन्ना पता टक्कर जे उन्हों कभी गलत राह ना पायो क्योंकि असं अज नवी जन जनरेशन करते हैं किसी ने खूब लिखिया कि अन्ना पता राह जे पुछे राह कोई पुठे पायो ना कि अन्ना पता राह जे पुछे राह कोई पुठे पायो ना वैरी दे कर कहन सियाने भुल के खाना खायो ना क्योंकि जो तो वैरी बदला लैन दे आंदा ना बड़ा मिठा हो जाता मेरे पंजाबी वीरियो उधर साढ़े एक एक नंबर माली की गुलती जड़ी मनदीप बाड़ोवाल वर्सस राकेश जम्मू भाजी भा जी कहते 71 की जी कुश्ती होनी है मेरे पंजाबी वीरियो जिथे कहते उधर गुरु के लंगर तैयार है जी जिन्हें जिन्हें वीर ने लंगर छकना जरूर छक लैन अली जंड सिंह चंडू सिंह वर्सस परमिंदर कुमार होशियारपुर यह भी मान तैयार ही रहन जी फिर मैदान में इन्हों की कुश्ती हो जा रही है मेरे पंजाबी वीर गल सी कि अन्ना बंदा कि अन्ना बंदा चुगले दूजा मारे ते हसे होना एक किसी ने करे होना चुगले ते दूजा मारे ते हसे होना परमिंदर कुमार होशियारपुर वाला वा कहते अपने दुआबे जिले का मेरे वीर उधर ਘੋਗੀ ਜੇਤੂ ਆ ਘੋਗੀ ਜੇਤੂ ਆ ਪੰਜਾਬੀ ਵੀਰਿਓ ਘੋਗੀ ਜਿਹੜਾ ਹੁਸ਼ਿਆਰਪੁਰ ਵਾਲਾ ਵਾ ਘੋਗੀ ਹੁਸ਼ਿਆਰਪੁਰ ਵਾਲਾ ਜੇਤੂ ਆ ਜੀ ਨਾਲ ਹੀ ਸਾਡੇ ਹਰਜਿੰਦਰ ਸਿੰਘ ਸਿੱਧੂ ਲੰਗਰਾਂ ਦੀ ਸੇਵਾ ਵਾਸੂਦੇਵ ਟੈਂਟ ਸੇਵਾ ਵਾਲੇ ਸੰਦੀਪ ਜਿਹਨਾਂ ਵੱਲੋਂ ਡੀਜੇ ਸੇਵਾ ਕੀਤੀ ਗਈ ਆ ਵਿਕਰਮ ਸਿੰਘ ਸਾਊਂਡ ਸੇਵਾ ਜਿਹਨਾਂ ਵੱਲੋਂ ਸੁਦੇਸ਼ ਸਿੰਘ ਕੱਟੀ ਖੇੜਾ ਸਰਪੰਚ ਸਰਪੰਚ ਅਮਰਜੀਤ ਸਿੰਘ ਹਰਮੋਇਆ ਹਰਪ੍ਰੀਤ ਸੰਧੂ ਖੇੜਾ ਬਾਬਲੂ ਬਾਬਾ ਜਸਵੀਰ ਸਿੰਘ ਜੀ ਮੰਦਰ ਬਾਬਾ ਬਾਲਕਨਾਥ ਹੈਪੀ ਪਹਿਲਵਾਨ ਤਾਜੋਵਾਲ ਪੰਜਾਬ ਯੂਨੀਵਰਸਿਟੀ ਗੋਲਡ ਮੈਡਲਿਸਟ ਬਾਬਾ ਫਤਿਹ ਸਿੰਘ ਬਲੱਡ ਸੇਵਾ ਅਮਰੀਕ ਸਿੰਘ ਮੀਕਾ ਜਿਨ੍ਹਾਂ ਵੱਲੋਂ ਬਾਬਾ ਫਤਿਹ ਸਿੰਘ ਬਲੱਡ ਸੇਵਾ ਸੁਸਾਇਟੀ ਹੁਸ਼ਿਆਰਪੁਰ ਦੇ ਨਾਲ ਅਤਿੰਦਰ ਸੋਦਾ ਪੂਰੇ ਰਾਜਪੂਤਾਂ ਵਿਸ਼ੇਸ਼ ਸਹਿਯੋਗ ਹੈ ਜਿਹੜਾ ਗੁਰਮੀਤ ਸਿੰਘ ਐਮ ਸੀ ਸਾਹਿਬ ਸਾਡੇ ਜਿਹੜੇ ਹੁਸ਼ਿਆਰਪੁਰ ਤੋਂ ਪੁੱਜਿਆ ਜੀ ਜਿਨ੍ਹਾਂ ਵੱਲੋਂ ਕਹਿੰਦੇ 5000 ਤੇ 100 ਰੁਪਏ ਦੇ ਵੱਡੇ ਮਾਣ ਪੁੱਜੇ ਕਹਿੰਦੇ ਹਰਮੋਇਆਂ ਦੀ ਧਰਤੀ ਵਾਲੇ ਆ ਗੁਰਮੀਤ ਸਿੰਘ ਜੀ ਜਿਹੜੇ ਅੱਜ ਕੱਲ੍ਹ ਕਹਿੰਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਰਹਿੰਦੇ ਆ ਸ਼ਹਿਰ ਦੇ ਵਿੱਚ ਰਹਿੰਦੇ ਆ ਐਮ ਸੀ ਸਾਹਿਬ ਆ ਸਾਡੇ ਅਤੇ ਨਾਲ ਹੀ ਡਸੀਆ ਅਖਾੜਾ ਟੀਪੂ ਸਾਡਾ ਵੀਰ ਆ ਟੀਪੂ ਡਸੀਆ ਅਖਾੜਾ ਵਰਸਸ ਸ਼ਿਵਮ ਹੁਸ਼ਿਆਰਪੁਰ ਇਹ ਵੀ ਪਹਿਲਵਾਨ ਤਿਆਰ ਰਹਿਣ ਜੀ ਲਓ ਖੇਡ ਦਾ ਮੈਦਾਨਾਂ ਵਿੱਚ ਬੱਲੇ ਬੱਲੇ ਕਰਾਈ ਜਾ ਰਿਹਾ ਮੇਰੇ ਵੀਰੋ ਬੱਲੇ ਬੱਲੇ ਕਿਉਂ ਲਈ ਤਿਆਰ ਪਰ ਤਿਆਰ ਆ ਇੱਧਰੋਂ ਦੀਪੂ ਆ ਗਿਆ ਜੀ ਸ਼ਿਵਮ ਅਤੇ ਦੀਪੂ ਦੀ ਜਿਹੜੀ ਕੁਸ਼ਤੀ ਹੋਣ ਜਾ ਰਹੀ ਆ ਮੇਰੇ ਵੀਰੋ ਇੱਕ ਬੰਨੇ ਸ਼ਿਵਮ ਆ ਇੱਕ ਬੰਨੇ ਦੀਪੂ ਆ ਮੇਰੇ ਪੰਜਾਬੀ ਵੀਰੋ ਸ਼ਿਵਮ ਜਿਹੜਾ ਹੁਸ਼ਿਆਰਪੁਰ ਵਾਲਾ ਉਹ ਲਾਲ ਲੰਗੋੜ ਵਾਲਾ ਸ਼ਿਵਮ ਆ ਪੰਜਾਬੀ ਵੀਰੋ ਜਿਹੜਾ ਮਾਲੇ ਆ ਸ਼ਿਵਮ ਲਾਲ ਲੰਗੋੜ ਚ ਤੇ ਨਾਲ ਜਿਹੜਾ ਵਾ ਦੀਪੂ ਆ ਡਸੀਆ ਅਖਾੜਾ ਉਹ ਕਹਿੰਦੇ ਉਹ ਰੰਗਦਾਰ ਲੰਗੋੜ ਦੇ ਵਿੱਚ ਆ ਮੇਰੇ ਵੀਰਿਓ ਤੇ ਨਾਲ ਹੀ ਸਾਡੇ ਸਣੀ ਚੱਬੇਵਾਲ ਵਰਸਸ ਗੌਰੂ ਮਹਿਲਪੁਰ ਇਹ ਵੀ ਜਿਹੜੇ ਮੱਲ ਜੀ ਅਗਲੀ ਕੁਸ਼ਤੀ ਲਈ ਤਿਆਰ ਰਹਿਣ ਸ਼ਿਵਮ ਸਣੀ ਚੱਬੇਵਾਲ ਵਰਸਸ ਗੌਰਵ ਹੁਸ਼ਿਆਰਪੁਰ ਵਾਲਾ ਲਓ ਜੀ ਇੱਧਰ ਕੁਸ਼ਤੀ ਕਹਿੰਦੇ ਚੱਲ ਰਹੀ ਆ
ਬੱਲੇ 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 ਉਹ ਬੱਲੇ 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 ਵਰਕੇ ਜਾਣੇ ਜੋਰ ਜਵਾਨਾਂ ਦੇ ਸਭ ਦਾ ਧੰਨਵਾਦ ਆ ਜੀ ਸਭ ਦਾ ਧੰਨਵਾਦ ਆ ਜੀ ਮੇਰੇ ਪੰਜਾਬੀ ਵੀਰੋ ਹੁਸ਼ਿਆਰਪੁਰ ਵਾਲਾ ਮੇਰੇ ਵੀਰੋ ਆਲੀ ਕਹਿੰਦੇ ਜੇਤੂ ਆ ਮੇਰੇ ਵੀਰੋ ਜੰਡੂ ਸਿੰਘੇ ਵਾਲਾ ਆਲੀ ਆ ਮੇਰੇ ਵੀਰੋ ਉਹ ਜੇਤੂ ਆ ਕਹਿੰਦੇ ਅਗਲਾ ਜੀ ਚਲੋ ਕੋਈ ਨਾ ਜਿੱਦਾਂ ਅੱਗੇ ਸਾਡੇ ਪ੍ਰਬੰਧਕ ਵੀਰ ਜਾਣਗੇ ਉਹਨਾਂ ਦੀ ਖੁਸ਼ੀ ਆ ਜੀ ਜਿਹੜਾ ਬਾਬਾ ਜੀ ਵੱਲੋਂ ਸਪੈਸ਼ਲ ਪਿਆਰ ਹੈ ਤੁਸੀਂ ਆਸ਼ੀਰਵਾਦ ਸਮਝ ਕੇ ਰੱਖ ਲਓ ਕਿਉਂਕਿ ਬਾਬਾ ਜੀ ਦਾ ਆਸ਼ੀਰਵਾਦ ਹੀ ਤੁਹਾਨੂੰ ਪਤਾ ਵਾ ਕਈ ਵਾਰ ਨੋਟਾਂ ਤੋਂ ਵੱਧ ਕੇ ਚੀਜ਼ ਗੁੜੇ ਖੁਸ਼ੀ ਨਾਲ ਜਿਹੜਾ ਪਿਆਰ ਦਿੰਦੇ ਆ ਤੁਹਾਨੂੰ ਜਿਹੜਾ ਮਾਣ ਸਨਮਾਨ ਦਿੰਦੇ ਉਹ ਤੁਹਾਨੂੰ ਸਵੀਕਾਰ ਕਰਨਾ ਪੈਣਾ ਵਾ ਕਿਉਂਕਿ ਪਤਾ ਨੀ 200 ਦੀ ਥਾਂ 2000 ਵਾਲੇ ਨਿਕਲ ਵਾਲੇ ਉਹ ਬਾਬਾ ਜੀ ਦੀ ਖੁਸ਼ੀ ਆ ਇਹ ਪਤਾ ਨੀ ਕੋਈ ਚਮਤਕਾਰ ਵਰਤ ਜਾਂਦਾ ਹੁੰਦਾ ਵਾ ਮੇਰਾ ਭਰਾ ਜਿੰਨੇ ਵੀ ਬਾਬਾ ਜੀ ਪਿਆਰ ਨਾਲ ਦੇਣ ਮਨਦੀਪ ਬਾੜੋਵਾਲ ਵਰਸਸ ਰਕੇਸ਼ ਜੰਮੂ ਹੁਸ਼ਿਆਰਪੁਰ ਵਾਲੇ ਇਹਦੇ ਵਿਚਕਾਰ ਹੋਵੇਗੀ ਜਿਹੜੀ ਰਮਾਲੀ ਵਾਲੀ ਪਟਕੀ ਦੀ ਕੁਸ਼ਤੀ ਜਿਹੜੀ ਉੱਧਰ ਸਤੀਸ਼ ਹੁਸ਼ਿਆਰਪੁਰ ਤੇ ਗੋਪੀ ਹੁਸ਼ਿਆਰਪੁਰ ਦੇ ਵਿਚਕਾਰ ਜਿਹੜੀ ਕੁਸ਼ਤੀ ਹੋਣ ਜਾ ਰਹੀ ਮੇਰੇ ਵੀਰੋ ਨਾਲ ਹੀ ਉੱਧਰ ਗੁਰੂ ਕੇ ਲੰਗਰ ਚੱਲ ਰਹੇ ਆ ਕਿ ਨਾਨਕੀ ਦੇ ਭਾਗੋ ਦੇ ਉਹ ਪੂੜੇ ਠੁਕਰਾ ਕੇ ਬੈਠੋ ਹੋਣਾ ਲਾਲੋ ਦੀ ਝੌਂਪੜੀ ਚ ਜਾ ਕੇ ਜਿਹਦਾ ਮੁੱਢ ਤੋਂ ਗਰੀਬਾਂ ਨਾਲ ਵਾ ਮੈਂ ਤਾਰਿਆਂ ਨੂੰ ਪੁੱਛ ਨੀ ਫਿਰਾਂ ਮੈਨੂੰ ਭੋਗਪੁਰ ਤੇ ਵਿੱਕੇ ਹੁਸ਼ਿਆਰਪੁਰ ਦੇ ਵਿਚਕਾਰ ਜਿਹੜੇ ਉਹ ਛੋਟੇ ਵਾਲੇ ਜਿਹੜੇ ਘੁਲਣ ਜਾ ਰਹੇ ਉਹਨਾਂ ਵਿਚਕਾਰ ਜਿਹੜੀ ਕੁਸ਼ਤੀ ਹੋਣ ਜਾ ਰਹੀ ਮੇਰੇ ਪੰਜਾਬੀ ਵੀਰੋ ਸਭ ਦਾ ਧੰਨਵਾਦ ਆ ਸਭ ਦਾ ਧੰਨਵਾਦ ਦਿੰਦੇ ਆ ਗਿਆਰਾਂ ਤੋਂ ਸਭ ਦਾ ਧੰਨਵਾਦ ਆ ਜੀ ਕਿ ਤੁਸੀਂ ਵੱਸਦੇ ਰਹੋ ਪੰਜਾਬੀਓ ਸਾਡਾ ਵੱਸਦਾ ਰਹੇ ਪੰਜਾਬ ਤੁਸੀਂ ਵੱਸਦੇ ਰਹੋ ਪੰਜਾਬੀਓ ਸਾਡਾ ਵੱਸਦਾ ਰਹੇ ਪੰਜਾਬ ਕੁੱਲ ਦੁਨੀਆਂ ਦੇ ਵਿੱਚ ਮਹਿਕਦਾ ਜਿਵੇਂ ਮਹਿਕੇ ਫੁੱਲ ਗੁਲਾਬ ਤੁਸੀਂ ਵੱਸਦੇ ਰਹੋ ਪੰਜਾਬੀਓ ਤੇ ਸਾਡਾ ਵੱਸਦਾ ਰਹੇ ਪੰਜਾਬ ਜਿਹੜੇ ਕਹਿੰਦੇ ਪੰਜਾਬੀ ਸਾਡੇ ਵੀ NRI ਦੀ ਧਰਤੀ ਨੇ ਦੇਸਾਂ ਪ੍ਰਦੇਸਾਂ ਦੀ ਧਰਤੀ ਨੇ ਬੈਠੇ ਆ ਉਹ ਵੀ ਕਹਿੰਦੇ ਪੰਜਾਬ ਦੇ ਗੁਲਾਮ ਵਾਂਗੂ ਕਹਿੰਦੇ ਮਹਿਕਦੇ ਰਹਿਣ ਤੇ ਵੱਸਦੇ ਰਹਿਣਾ ਕਿਸ਼ਨ ਚੰਦ ਸਿੱਧੂ ਉਹਨਾਂ ਵੱਲੋਂ 3000 ਦੀ ਸੇਵਾ ਜਿਹੜੀ ਕਹਿੰਦੇ ਇਸ ਦੰਗਲ ਮੁਕਾਬਲੇ ਨੇ ਛਿੰਝ ਮੇਲੇ ਲਈ ਪੁੱਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ ਅਸੀਂ ਸਮੂਹ ਦਿਲ ਦੀਆਂ ਗਹਿਰਾਈਆਂ ਤੋਂ ਵੱਡਾ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਗਹਿ ਕਢਵਾ ਧੰਨਵਾਦ ਕਰਦੇ ਹਾਂ ਕੋਈ ਵੀ ਸਾਡਾ ਵੀਰ ਨਾਰਾਜ਼ ਨਾ ਜਾਵੇ ਅੱਜ ਕੁਸ਼ਤੀ ਕਹਿੰਦੇ ਸੰਤਾਂ ਮਹਾਂਪੁਰਖਾਂ ਦੇ ਸਹਿਯੋਗ ਨਾਲ ਕਹਿੰਦੇ ਜਿਹੜੇ ਅੱਜ ਹਰਮੋਇਆਂ ਦੀ ਧਰਤੀ ਦੇ ਜਿਹੜੇ ਖੇਡ ਮੁਕਾਬਲੇ ਚੱਲ ਰਹੇ ਆ ਭਲਵਾਨਾਂ ਦੀਆਂ ਜਿਹੜੀਆਂ ਕਹਿੰਦੇ ਕੁਸ਼ਤੀਆਂ ਟੱਕਰ ਕਹਿੰਦੇ ਚੋਟੀ ਦੇ ਪਹਿਲਵਾਨ ਦੀ ਹੋ ਜਾ ਰਹੀ ਹੈ ਮੇਰੇ ਵੀਰੋ ਅਸੀਂ ਸਭ ਦਾ ਹੀ ਧੰਨਵਾਦ ਕਰਦੇ ਹਾਂ ਕਿ ਬਾਪੂ ਪੂਰੀ ਮੱਝ ਲਿਆਵੇ ਜਿਹਦਾ ਦੁੱਧ ਡੇਰੀ ਨਾ ਜਾਵੇ ਪੁੱਤਰ ਡੰਡ ਬੇਟਕਾ ਲਾਵੇ ਤੇ ਕਹਿੰਦੇ ਚਾਰ ਬੱਕਰੇ ਦਾ ਫਿਰ ਪਾਉਣਾ ਹੀ ਪੈਂਦਾ ਏ ਜੇ ਪੁੱਤਰੋਂ ਪਲਵੇ ਵਿੱਚ ਬਲ ਆਉਂਦਾ ਵਾ ਫਿਰ ਸਰੀਰ ਦੇ ਵਿੱਚ ਕਹਿੰਦੇ ਜਾਨ ਆਉਂਦੀ ਆ ਜਾਨ ਆਉਂਦੀ ਆ ਨਾਲ ਹੀ ਸਾਲ ਅਲੀ ਜੰਡੂ ਸਿੰਘਾ ਵਰਸਲ ਦਲਜੀਤ ਤਿਆਰੀ ਰਹਿਣ ਰੈਡੀ ਰਹਿਣ ਜੀ ਇਹ ਵੀ ਮਲ ਰੈਡੀ ਰਹਿਣ ਉਧਰ ਸਾਡੇ ਸਤਿਕਾਰਯੋਗ ਇੰਸਪੈਕਟਰ ਸਤਪਾਲ ਸਿੰਘ ਜੀ 5000 ਜਿਨ੍ਹਾਂ ਵੱਲੋਂ ਕਹਿੰਦੇ ਇਸ ਕੁਸ਼ਤੀ ਲਈ ਇਸ ਛਿੰਝ ਉੱਧਰ ਛੋਟੀ ਰਮਾਲੀ ਦੀ ਕੁਸ਼ਤੀ ਵੀਰ ਖਾਨਪੁਰ ਵੀਰਾ ਪਟਿਆਲਾ ਇਹ ਵੀ ਉੱਧਰ ਸ਼ਰੀਫ ਅਲੀ ਵਰਸਸ ਵਿੱਕੀ ਹੁਸ਼ਿਆਰਪੁਰ ਸ਼ਰੀਫ ਅਲੀ ਦੇ ਵਿੱਕੀ ਹੁਸ਼ਿਆਰਪੁਰ ਇਹ ਵੀ ਗਰਾਊਂਡ ਦੇ ਵਿੱਚ ਆਉਣ ਜੀ ਮੈਦਾਨ ਦੇ ਵਿੱਚ ਆਉਣ ਅਖਾੜੇ ਦੇ ਵਿੱਚ ਆ ਜਾਣ ਜੀ ਬੰਨਾ ਕਿਤੇ ਪਿੱਕਰ ਕਹਿੰਦੇ ਕਦੇ ਕਿੱਕਰ ਪਹਿਲਵਾਨ ਦਾ ਨਾਂ ਚੱਲਦਾ ਸੀ ਕਿਤੇ ਗਾਮੇ ਪਹਿਲਵਾਨ ਦਾ ਨਾਂ ਚੱਲਿਆ ਕਿਤੇ ਦਾਰੇ ਪਹਿਲਵਾਨ ਦਾ ਨਾਂ ਚੱਲਿਆ ਦਾਰੇ ਨੂੰ ਵੀ ਦੁਨੀਆ ਕਹਿੰਦੇ ਬੱਚਾ ਬੱਚਾ ਫੈਨ ਹੈ ਜਿੰਨਾ ਪਹਿਲਵਾਨੀ ਕਰਕੇ ਬਾਅਦ ਚ ਕਹਿੰਦੇ ਸਿੱਧਾ ਫਿਲਮਾਂ ਦੇ ਵਿੱਚ ਐਂਟਰੀ ਮਾਰੀ ਤੇ ਅੱਜ ਕੱਲ੍ਹ ਕਹਿੰਦੇ ਉਹ ਜੱਸੇ ਦਾ ਵੀ ਬੜਾ ਨਾਂ ਪਛੂਰਿਆ ਵਾ ਪੱਟੀ ਵਾਲੇ ਜੱਸੇ ਦਾ ਵੀ ਕਹਿੰਦੇ ਬੱਲੇ ਬੱਲੇ ਅਗਲੀ ਕੁਸ਼ਤੀ ਅਭਿਸ਼ੇਕ ਸਿੱਧੂ
ਤੇ ਜੁਵਰਾਜ ਸਿੱਧੂ ਇਹ ਵੀ ਜਿਹੜੇ ਮੱਲ ਅਖਾੜੇ ਦੇ ਕੋਲ ਆ ਜਾਣ ਜੀ ਅਭਿਸ਼ੇਕ ਸਿੱਧੂ ਤੇ ਜੁਵਰਾਜ ਸਿੱਧੂ ਲਓ ਇਧਰੋਂ ਬੱਲੇ ਬੱਲੇ ਕਹਿੰਦੇ ਫੇਰ ਖੇਡਦੇ ਮੈਦਾਨਾਂ ਵਿੱਚ ਪਹਿਲਵਾਨ ਕਰਾ ਰਹੇ ਚੋਟੀ ਦੀ ਜਿਹੜੀ ਕਹਿੰਦੇ ਕੁਸ਼ਤੀ ਹੋ ਰਹੀ ਮੇਰੇ ਪੰਜਾਬੀ ਵੀਰੋ ਬੱਲੇ ਬੱਲੇ ਕਹਿੰਦੇ ਦਿਲ ਦੀਆਂ ਗਹਿਰਾਂ ਕਹਿੰਦੋ ਪਰ ਅੱਜ ਚੋਟੀ ਦਾ ਪਹਿਲਵਾਨ ਕਿਹੜਾ ਹੋਊਗਾ ਕਿਹੜਾ ਕਹਿੰਦੇ ਬੱਲੇ ਬੱਲੇ ਖੇਡਦੇ ਮੈਦਾਨਾਂ ਵਿੱਚ ਕਰਾਊਗਾ ਉਹ ਸ਼ੱਕਦਾ ਰਹਿਣੀਆ ਕਹਿੰਦੇ ਹਰਮੋਇਆਂ ਦਾ ਛਿੰਝ ਮੇਲਾ ਧੱਕਦਾ 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 ਫਿਰ ਪੈਣੀ ਆ ਭਰਾਵਾਂ ਦਾ ਕਹਿੰਦੇ ਛਿੰਝ ਮੇਲਾ ਧੱਕਦਾ ਫਿਰ ਪੈਣੀਆਂ ਪੈਣੀਆਂ दर्शकों भी कहते ठाठा मारदा काट जिहड़ा पुज चुका साडे जिन्ने भी सत्कार योग लास्ट एक मिनट का समा पलवानो तुहाडे कोल लास्ट एक मिनट का समा वा क्योंकि एक मिनट के विच जीता हारा का जिहड़ा कहते फैसला हो जाना साडे रैफरी साहबाना का जिहड़ा दे नाल ही साडे ढोल वाले वीरां का भी धन्नवाद है जिन्हें साडे साईं लोग बैठे आ एमसी साहब पुजे आ इंस्पैक्टर कोई फौजी आ सारे भरावां का दिल दियां गहराइयां तों धन्नवाद करदे आ जिन्हें भी साडे दर्शक जी दूरों नेड़े पुजे सब का धन्नवाद है जी सब का धन्नवाद करदे आ दिल दियां गहराइयां तों बड़ा धन्नवाद है ते उधरों कि उस्ताद ओसे नूं मन्नदी कुल दुनिया उस्ताद ओसे नूं मन्नदी कुल दुनिया लो जी इधर फाइनल हो चुका जी छड़ दो बई पहलवानों रैफरी का फैसला वा छड़ दो टक्कर बराबर दिया ना कोई घट दे ना कोई वध दोनों कहते पहलवाना ने जिहड़ा कहते चोटी का जोर लाया ते बराबर जिहड़ा हो गया फैसला जिहड़ा इन्हां दा ड्रा दोनों ने कहते तह दिलों गड्डमान धन्नवाद इन्हां पहलवाना का भी करदा है मुकाबला जिहड़ा कहते बराबर का रहा टक्कर कहते बराबर दे रही आ अज टक्करे ने अज रुमाली दी जिहड़े पटकी दी कुश्ती जितेगा उधरों पिट्टू फौजी साहब वालों 1100 रुपया जिहड़ा अभिषेक सिद्धू तो जुवराज सिद्धू भी जिहड़े माले अखाड़े विच आउण जी अभिषेक सिद्धू ते जुवराज सिद्धू जी भी अखाड़े विच आ जाण जी ते उस्ताद ओसे नूं मन्नदी दुनिया कुल दुनिया जिहड़ा नाल गुणा भरपूर होवे के उस्ताद ओसे नूं मन्नदी दुनिया के जिहड़ा नाल गुणा भरपूर होवे मेहनत वल नूं ओहियो जामदा है जिहनूं अपनी मेहनत दे सरूर होवे क्योंकि मेहनत ओह करूगा जिहदे टौलियां पट्टां दे विच जाण मित्रो अज जिहड़ा कहिंदे पटकी दी कुश्ती ओह जित्तूगा जिहदे टौलियां पट्टां दे विच जाणा अज फिर सिद्धू जी इह वी जिहड़े अखाड़े विच पुज चुके आ पहलवान ਚੱਬੇਵਾਲ ਤੇ ਕਹਿੰਦੇ ਹੁਸ਼ਿਆਰਪੁਰ ਦੇ ਵਿਚਕਾਰ ਜਿਹੜੀ ਕੁਸ਼ਤੀ ਚੱਲ ਰਹੀ ਹੈ ਮੇਰੇ ਪੰਜਾਬੀ ਵੀਰੋ ਇੱਕ ਬੰਨੇ ਦਲਜੀਤ ਆ ਇੱਕ ਬੰਨੇ ਕਹਿੰਦੇ ਵੀਰੇ ਹੁਸ਼ਿਆਰਪੁਰ ਵਾਲਾ ਵਾ ਜਿਹੜੀ ਕੁਸ਼ਤੀ ਆਹ ਪਹਿਲਵਾਨਾਂ ਦੀ ਚੱਲ ਰਹੀ ਆ ਜਿਹੜੀ ਕੁਸ਼ਤੀ ਆਹ ਪਹਿਲਵਾਨਾਂ ਦੀ ਚੱਲ ਰਹੀ ਆ ਇਹ ਤੋਂ ਅੱਗੇ ਅਗਲੀ ਕੁਸ਼ਤੀ ਆ ਜੀ ਛੋਟੀ ਰਮਾਲੀ ਦੀ ਇਹ ਵੀ ਪਹਿਲਵਾਨ ਜਿਹੜੇ ਇਹ ਵੀ ਮੱਲ ਤਿਆਰ ਰਹਿਣ ਅਖਾੜੇ ਲਈ ਅਗਲੀ ਕੁਸ਼ਤੀ ਜਿਹੜੀ ਛੋਟੀ ਰਮਾਲੀ ਦੀ ਹੋਣੀ ਆ ਵੀਰ ਕਾਣਾ ਪੰਡੋਰੀ ਬੀਬੀ ਤੇ ਵੀਰ ਹੁਸ਼ਿਆਰਪੁਰ ਵਾਲਾ ਛੋਟੀ ਰਮਾਲੀ ਦੀ ਕੁਸ਼ਤੀ ਲਈ ਹੋਣ ਲਈ ਇਹ ਵੀ ਪਹਿਲਵਾਨ ਤਿਆਰ ਰਹਿਣ ਜੀ ਇਹ ਵੀ ਮੱਲ ਤਿਆਰ ਰਹਿਣ ਕਿਉਂਕਿ ਮੁੱਲ ਪੈਣੇ ਆ ਸਰੀਰਾਂ ਦੇ ਅੱਜ ਤਕੜੇ
जोर जवाना के कहते अच दंगल जे हो रहे तगड़े खेल मुकाबले असी रिंकू भरा का भी धन्यवाद करते सत्कार योग जिन्हें भी भैन भरा दूरों ने कोई मच्छरों को मारता सौ जाता कोई चूचे वाली जनरेटर लाई फिर पर राणा माधो झंडिया लगता उस मालक न जेड़ा सारी जिंदगी की खेड रचाई फिर जेड़ा सारी जिंदगी की खेड रचाई फिर लो जी छोटी रवाली वाले पहलवानी वर्सस वीरू अखाड़ा होशियारपुर वीरू वीरा अखाड़ा पंडोरी बीबी वर्सस वीरू अखाड़ा होशियारपुर अज चोटी दिया टकरा अज कहते पंज बराबर कटांगे पहलवान भी तगड़े आ सब का धन्यवाद आर एस मीडिया वाला साडा वीर आ इस भरा का दिल दिया गहराइया तो धन्यवाद करते जेडे लाइव की सेवा वा अज कड़की वाला वीरा वा ते नाल ही कहते नीले दे विच कहते वीरुआ अखाड़ा होशियारपुर एक बने कहते रेड जरी पाई वाला लंगोट और मेरे कहते डेंजरिया सर वीरा जरा कहते पटियाले अलावा अखाड़ा जरा पंडोरी बीबी ते नाल कहते वीरू अखाड़ा होशियारपुर लो जी अगले मेन कुश्ती हो रही जा रही है मेरे पंजाबी वीरो जिदा कहते मेन पटके की कुश्ती है जिदा पहला इनाम होगा 7,100 रुपया मेरे पंजाबी वीरो 7,100 रुपया देखते हैं होशियारपुर वाला राकेश जम्मू लेके जाता कि जा प्रदीप बहरोवाल बहरोवाल वाला जितना क्योंकि यह गल्ला जोर ते समे दा वा समे उत्ते भरी दा भी पता चल जू रोब ही बथेरा मोढ़े उत्ते टंगी दा कोई बकरी दे कन्ना विच गल पा दिओ पाके झांजरा पड़के वाली कुश्ती वाले दोनों पहलवान तैयार रहन जी पड़के दी कुश्ती वाले जिथे भी मल होण बनदीप बहरोवाल वर्सस राकेश जम्मू वाला राकेश जम्मू वाला होशियारपुर साडा वीर आ फौजी साहब ओना भिंडू फौजी आ जी ओना वालों 1100 रुपए दे मान जेड़े पड़के दी कुश्ती वालों भाई जितदा वा ते ओना वालों 1100 रुपए दे मान जेड़े मल दे कीते जाने आ असीं सब दा धन्नवाद करदे आ जी खजानदार जी रखो झोले के भंडारे भरपूर धन धन बाबा खजानदार जी रखियो खजाने दाने भरपूर इसे तरह साई लोग कृपा करो बख्शा करो जेडे कहते चेड़ मेले चलते रहते इसे तरह आसा मरादा जो कह कदमा धनबाद जी कोई भी नाराज ना जाए साडा वीर क्योंकि अज पटके की कुश्ती ने जेडे कहते पहलवान अगले मनदीप बहरोवाल वर्सस राकेश जम्मू वाला राकेश जम्मू वाला ये भी साडे वीर पटके की कुश्ती ले तैयार रहन जी उधर साढ़े लखी पलवान वीर रैफरी मक्कर सिंह जी भी अपना जरा विशेष सम्मान साढ़े क्लब वाले वीर लैन जी लखी पलवान जी रैफरी सम्मान साढ़े मक्कर सिंह जी कहते कहते कबड्डी में मक्कर सिंह मक्खी कला के ना चलिया पर कहते जो कुश्ती में रैफरी सहबान इन्हों का भी ना चलता अजकल नजारे देखे एक बारी आओ जी अज जो धन्यवाद हो रहा जी लखी पहलवान से रैफरी सहबान साढ़े वीर आ मक्कर जी दिल दिया गहरा जो तो धन्यवाद है जी देखो च कढ़ी दे कुछ कंट्री ते औखी कुश्ती का धार मित्रों
ਖਾਕੇ ਕਿਹੋ ਤੇ ਬਦਾਮ ਹੈ ਗੱਭਰੂ ਬਣ ਗਏ ਨੇ ਸੁਪਰ ਸਟਾਰ ਮਿੱਤਰੋ ਵਿੱਚ ਮਦਾਨੇ ਪੜਨਾ ਤੇ ਅੱਧ ਮਰਦੀ ਅੱਤਾਂ ਦੀ ਡੰਡ ਬੈਠਕਾ ਲਾ ਲੇ ਕੁਸ਼ਤੀ ਹੋ ਗਈ ਲੱਖਾਂ ਦੀ ਭਲਵਾਨਾ ਡੰਡ ਬੈਠਕਾ ਲਾ ਲੇ ਕੁਸ਼ਤੀ ਹੋ ਗਈ ਲੱਖਾਂ ਦੀ ਬਾਕੀਆਂ ਲੱਖਾਂ ਦੀਆਂ ਗੱਲਾਂ ਹੁੰਦੀਆਂ ਅੱਜ ਕੱਲ੍ਹ ਲੱਖਾਂ ਨਾਲ ਸ਼ਿਕਾਰ ਬਣਦੇ ਆ ਜਿੱਥੇ ਕਦੇ ਆਪਣੇ ਪੰਜਾਬ ਦੇ ਆਲ ਵਰਲਡ ਦਾ ਰਕੇਸ਼ ਜੰਮੂ ਵਾਲੇ ਦਾ ਨਾਂ ਚੱਲਦਾ ਉਹ ਜੱਸਾ ਜਿਹੜਾ ਪੱਟੀ ਵਾਲੇ ਦਾ ਨਾਂ ਚੱਲਦਾ ਮੇਰੇ ਵੀਰਿਓ ਉਧਰ ਸਤਿਗੁਰ ਬਾਬਾ ਚਮਨਦਾਸ ਜੀ ਚੰਬੇ ਵਾਲੇ ਉਹਨਾਂ ਵਾਲਾ ਵੀ ਧੰਨਵਾਦ ਆ ਜੀ ਕਿਉਂਕਿ ਵਾਹਿਗੁਰੂ ਸਭ ਦੇ ਕਿ ਬੰਦਾ ਨੀ ਉਹ ਕੁੱਤਿਆਂ ਦੀ ਜਾਤ ਹੋਣੀ ਹੈ ਕੁਲਵੀਰ ਉਸਤਾਦ ਜੀ ਕੁਲਵੀਰ ਉਸਤਾਦ ਜੀ ਜਿਹਨਾਂ ਦਾ ਵਿਸ਼ੇਸ਼ ਸਨਮਾਨ ਸਾਡੇ ਕਲੱਬ ਵਾਲੇ ਵੀਰਾਂ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਸਾਰਾ ਜਿਹੜਾ ਕਹਿੰਦੇ ਪ੍ਰਬੰਧਕ ਕਮੇਟੀ ਹਰਮੋਇਆ ਉਹਨਾਂ ਵੱਲੋਂ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਗਿਆ ਧੰਨਵਾਦ ਆ ਜੀ ਸਭ ਦਾ ਧੰਨਵਾਦ ਕਰਦੇ ਤੇ ਸੋਹਣੀ ਤੇ ਹੀਰ ਵਾਂਗੂ ਕਈ ਮਰਦੇ ਇੰਨੇ ਮੁਲਤਾਨੀਆਂ ਨੇ ਜ਼ਰਾ ਗੌਰ ਕਰਨਾ ਸਿਆਣੇ ਆਖਦੇ ਨੇ ਸੌਖੀਆਂ ਕਰਨੀਆਂ ਨੀ ਭਲਵਾਨੀਆਂ ਏ ਜ਼ਰਾ ਗੌਰ ਨਾਲ ਸਿਆਣੇ ਆਖਦੇ ਨੇ ਬੜੀਆਂ ਔਖੀਆਂ ਕਰਨੀਆਂ ਭਲਵਾਨੀਆਂ ਏ ਬੜੀਆਂ ਔਖੀਆਂ ਕਰਨੀਆਂ ਭਲਵਾਨੀਆਂ ਏ ਲਾਸਟ ਇੱਕ ਮਿੰਟ ਦਾ ਸਮਾਂ ਗੱਭਰੂ ਆਵਾਜ਼ ਮੈਦਾਨ ਦੀ ਫੱਬ ਦੇ ਦਰਸ਼ਕਾਂ ਵਾਜੋਂ ਮਿਲਣੇ ਕਹਿੰਦੇ ਦਰਸ਼ਕਾਂ ਦਾ ਠਾਠਾ ਮਾਰਦਾ ਅੱਖਾਂ ਟੱਚ ਜਿਹੜਾ ਹਰ ਮੋਇਆ ਦੀ ਧਰਤੀ ਆ ਮੇਰੇ ਵੀਰੋ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ ਕਹਿੰਦੇ ਪਵਿੱਤਰ ਧਰਤੀ ਆ ਸੂਸਾਂ ਦੀ ਧੰਨ ਧੰਨ ਬਾਬਾ ਜਵਾਹਰਦਾਸ ਦੀਆਂ ਗੱਲਾਂ ਹੁੰਦੀਆਂ ਹਰਖੋਵਾਲ ਵਾਲੇ ਸੰਤ ਧੰਨ ਧੰਨ ਬਾਬਾ ਜਵਾਲ ਸਿੰਘ ਜੀ ਦੀਆਂ ਗੱਲਾਂ ਹੁੰਦੀਆਂ ਇੱਧਰੋਂ ਭੀਰਾ ਭਲਵਾਨ ਜਿਹੜਾ ਕੁਸ਼ਤੀ ਦਾ ਜੇਤੂ ਰਿਹਾ ਜੀ ਵੀਰਾ ਭਲਵਾਨ ਮੁਬਾਰਕ ਆ ਬਈ ਦੋਨਾਂ ਭਲਵਾਨਾਂ ਨੂੰ ਬੇਨਤੀ ਆ ਕਿ ਇੱਕ ਵਾਰੀ ਜਿਹੜਾ ਅਖਾੜੇ ਦਾ ਚੱਕਰ ਲਾ ਕੇ ਦਰਸ਼ਕ ਵੀ ਇਹਨਾਂ ਨੂੰ ਫਤਿਹ ਜ਼ਰੂਰ ਸਾਂਝੀ ਕਰ ਦਿਓ ਪਤਾ ਲੱਗ ਜੇ ਕਿਹੜਾ ਕਹਿੰਦੇ ਰਕੇਸ਼ ਆ ਤੇ ਕਿਹੜਾ ਮਨਦੀਪ ਆ ਫਤਿਹ ਸਾਂਝੀ ਜ਼ਰੂਰ ਸਾਡੇ ਵੀਰ ਆਣ ਕੇ ਕਰਨ ਜੀ ਰਕੇਸ਼ ਭਲਵਾਨ ਜੰਮੂ ਵਾਲਾ ਤੇ ਨਾਲ ਹੀ ਕਹਿੰਦੇ ਮਨਦੀਪ ਆ ਬਾੜੋ ਬੋਲਿਆ ਇਨਾਮ ਆ 7000 100 ਰੁਪਈਆ ਮੇਰੇ ਪੰਜਾਬੀ ਵੀਰੋ ਤੇ ਜਿਹੜਾ ਮੁੰਡ ਸਣੇ ਲੱਤ ਮਾਰੇ ਵਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ ਫੌਜੀ ਆ ਸਾਡਾ ਵੀਰ ਜਿਹਦੇ ਲੋ ਜਿਹੜਾ ਵੀ ਖਿਡਾਰੀ ਜਿੱਤ ਗਿਆ ਜਿਹੜਾ ਪਹਿਲਵਾਨ ਜਿੱਤ ਗਿਆ 1100 ਰੁਪਈਆ ਜਿਹੜਾ ਸਪੈਸ਼ਲ ਇਨਾਮ ਸਾਡੇ ਬਿੱਟੂ ਫੌਜੀ ਵੀਰ ਵੱਲੋਂ ਦਿੱਤਾ ਜਾਣਾ ਮੇਰੇ ਪੰਜਾਬੀ ਵੀਰੋ ਬਿੱਟੂ ਫੌਜੀ ਵੀਰ ਵੱਲੋਂ 1100 ਰੁਪਏ ਨਾਲ ਉਸ ਖਿਡਾਰੀ ਦਾ ਸਨਮਾਨ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਮੇਰੇ ਪੰਜਾਬੀ ਵੀਰੋ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਧੰਨ ਧੰਨ ਪੀਰ ਮੀਆਂ ਹਸਨ ਮੁਹੰਮਦ ਜੀ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਬਹੁਤ ਹੀ ਫਖਰ ਔਰ ਮਾਣ ਮਹਿਸੂਸ ਹੋ ਰਿਹਾ ਆਪਣੇ ਹਰਮੋਇਆਂ ਦੀ ਧਰਤੀ ਦੇ ਉੱਤੇ ਇਹ ਜਿਹੜਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ ਸਾਥੀਓ ਮੇਰੀਆਂ ਭੈਣਾਂ ਬੈਠੀਆਂ ਮੇਰੇ ਬਜ਼ੁਰਗ ਬੈਠੇ ਸਾਥੀਓ ਜਿਹੜੇ ਵੀ ਲੋਕ ਆਪਣੇ ਵਿਰਸੇ ਦੇ ਨਾਲ ਆਪਣੇ ਸਮਾਜ ਦੇ ਨਾਲ ਜੁੜੇ ਰਹਿੰਦੇ ਆ ਉਹ ਕੌਮਾਂ ਹਮੇਸ਼ਾ ਹੀ ਤਰੱਕੀ ਕਰਦੀਆਂ ਬਹੁਤ ਮਾਣ ਸਤਿਕਾਰ ਕਿਉਂਕਿ ਅੱਜ ਜੋ ਕੁਛ ਵੀ ਹਾਂ ਇਸ ਹਰਮੋਇਆ ਦੀ ਧਰਤੀ ਦੇ ਕਰਕੇ ਹਾਂ ਹੁਸ਼ਿਆਰਪੁਰ ਦੇ ਵਿੱਚ ਜੋ ਵੀ ਮਾਣ ਸਤਿਕਾਰ ਮਿਲਿਆ ਇਹਨਾਂ ਬਜ਼ੁਰਗਾਂ ਦੀ ਬਦੌਲਤ ਇਹਨਾਂ ਸੰਤਾਂ ਮਹਾਂਪੁਰਸ਼ਾਂ ਦੀ ਬਦੌਲਤ ਮਿਲਿਆ ਸਮੇਂ ਦੀ ਨਜ਼ਾਕਤਾਂ ਨੂੰ ਸਮਝਦੇ ਹੋਏ ਕਮੈਂਟਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਮਾਈਕ ਸੰਭਾਲਣ ਸਮਾਂ ਤਾਂ ਗੱਲਾਂ ਬਹੁਤ ਕਰਨੇ ਨੂੰ ਕਰਦਾ ਸੀ ਪਰ ਇੱਕ ਵਾਰ ਫਿਰ ਮੇਰੇ ਵੱਲੋਂ ਇਸ ਹਰਮੋਇਆ ਦੀ ਧਰਤੀ ਨੂੰ ਆਪਣੇ ਬਜ਼ੁਰਗਾਂ ਨੂੰ ਕੋਟਨ ਕੋਟਨ ਪ੍ਰਣਾਮ ਜਿੰਨੇ ਵੀ ਇੱਥੇ ਸਾਥੀ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਆਏ ਆ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੈ ਗੁਰੂ ਦੇਵ ਧੰਨ ਗੁਰੂ ਦੇਵ
जेतू पलवान जी का विशेष सन्मान जिहड़ा साढ़े भरावां लोक कीता जाणा वा वह भी अपना सन्मान जिन प्राप्त करन जी विशेष सन्मान जिहड़ा क्योंकि बहुत ही प्यारे बोल बोले मिनट के समय के जिहड़ा साढ़े लखी पलवान जी रैफरी साढ़े मक्कर साहब जी का भी धन्नवाद है जिहड़े अपनियां अखाड़े दे विच जिहड़े सभावां निभा रहे आ दिल दिया गहरा जो गह गड़मा धन्नवाद करते साडे दर्शक वीर मतावा भैण भरा धरती ते साडे वीर पुजे आ सब दा धन्नवाद है दिल दिया गहरा जो निघा धन्नवाद लो हुण ओह फेर कहिंदे इक बंदे पलवा रहा मनदीप गया मेरे वीरो ते दूसरे बंदे ओह बल्ले बल्ले करा ले कहिंदे जम्मू वाला राकेश आ इक बंदे मनदीप बाहरो बाल बाल वा हुण कहिंदे बल्ले बल्ले ओह पटके दी लास्ट कुश्ती आ अज कहते जिता दे हारा दे फैसले हो जाने मेरे वीरो जिता दे हारा दे फैसले जेड़ा भी 1100 कर दिता गया साढ़े बिट्टू फौजी साहब वालों जेड़ा 1100 तो 2100 रुपए का विशेष सम्मान उस प्रवान दिते जाने जेड़ा पहले नंबर ते आएगा क्योंकि ਪਲਵਾਨਾਂ ਦੀਆਂ ਟੱਕਰਾਂ ਕਿਉਂਕਿ ਪਲਵਾਨਾਂ ਦੇ ਨਾਂ ਤੇ ਜ ਪਲਵਾਨ ਹੀ ਜਾਣਦੇ ਤੁਹਾਨੂੰ ਪਤਾ ਪਲਵਾਨਾਂ ਦੀਆਂ ਖਰਾਕਾਂ ਸਖਤ ਮਿਹਨਤਾਂ ਦੇ ਮੁੱਲ ਜਿਹੜੇ ਪੈਣੇ ਆ ਇੱਕ ਬੰਨੇ ਮਨਦੀਪ ਆ ਇੱਕ ਬੰਨੇ ਹੋਰ ਵੀ ਕੁਸ਼ਤੀਆਂ ਹੋਈਆਂ ਪਰ ਅੱਜ ਇਹਨਾਂ ਪਹਿਲਵਾਨਾਂ ਦਾ ਜੋਰ ਕਹਿੰਦੇ ਖੇਡਦੇ ਮੈਦਾਨਾਂ ਵਿੱਚ ਬੱਲੇ ਬੱਲੇ ਕਰਾਊਗਾ ਕਿ ਪਟਕ ਪਟਕ ਚਾਲ ਹੈ ਸ਼ੇਰਾਂ ਵਰਗੀ ਗੱਭਰੂ ਕਹਿੰਦੇ ਹੈ ਦਲੇਰ ਅੱਡ ਦਾ ਗੱਭਰੂ ਕਹਿੰਦੇ ਹੈ ਦਲੇਰ ਅੱਡ ਦਾ ਅੱਜ ਇਹਨਾਂ ਪਹਿਲਵਾਨਾਂ ਦੀਆਂ ਕਹਿੰਦੇ ਇਹ ਪਾਵਾਂ ਸ਼ੀਰੀਆਂ ਦੇ ਕਹਿੰਦੇ ਜਾਏ ਹੋਏ ਆ ਮੇਰੇ ਵੀਰੇ ਪਹਿਲਵਾਨ ਜਿਹੜੇ ਕਹਿੰਦੇ ਵਿਸ਼ੇਸ਼ ਸਨਮਾਨ ਇੱਕ ਬੰਨੇ ਮਨਦੀਪ ਆ ਕਹਿੰਦੇ ਚੋਟੀ ਦੇ ਮਾਲਿਆ ਦੋਨਾਂ ਪਹਿਲਵਾਨਾਂ ਦੀ ਕੁਸ਼ਤੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪੈ ਚੁੱਕੀ ਮੇਰੇ ਪੰਜਾਬੀ ਵੀਰੋ ਹੁਣ ਕਿਹੜਾ ਕਹਿੰਦੇ ਪਹਿਲਵਾਨ ਬੱਲੇ ਬੱਲੇ ਕਰਾਊਗਾ ਕਿਹੜਾ ਪਹਿਲਵਾਨ ਕਹਿੰਦੇ ਬੱਲੇ ਬੱਲੇ ਕਰਾਊਗਾ ਇਹ ਕਹਿੰਦੇ ਸਮੇਂ ਦੀ ਗੱਲ ਆ ਇਹ ਸਮੇਂ ਦੀ ਤੇਜ਼ ਤਲਵਾਰ ਸਮੇਂ ਦੀ ਨਬਜ ਫੜੋ ਲਓ ਲਾਲ ਲੰਗੋੜ ਵਿੱਚ ਜੰਮੂ ਵਾਲਾ ਵਾ ਜਿਹਨੂੰ ਦੁਨੀਆ ਰਾਕੇਸ਼ ਕਹਿੰਦੀ ਪੰਜਾਬੀ ਵੀਰੋ ਨਾਲ ਕਹਿੰਦੇ ਮਨਦੀਪ ਆ ਮੇਰੇ ਵੀਰੋ ਬਹੁਤ ਬਾਲ ਵਾਲਾ ਜਿਹੜਾ ਕਹਿੰਦੇ ਬੱਲੇ ਬੱਲੇ ਖੇਡ ਦੇ ਮੈਦਾਨ ਵਿੱਚ ਸੱਜਾ ਮਨਾਂ ਦੀ ਟੱਕਰ ਹੋਣ ਜਾ ਰਹੀ ਆ ਕਿਹੜਾ ਕਹਿੰਦੇ ਬੱਲੇ ਬੱਲੇ ਕਰਾਊਗਾ ਕਿ ਖਾਜੇ ਨੇ ਬਦਾਮ ਜੀ ਨੇ ਮੰਗਲਾ ਹੋਸ਼ੇ ਨੇ ਗੋਲੀਆਂ ਲਵਾਉਣੀਆਂ ਉਹ ਕਹਿੰਦੇ ਨੇ ਸਿਆਰੇ ਗੱਲਾਂ ਸੱਜੀਆਂ ਖਾਧੀਆਂ ਅੱਜ ਖਾਧੀਆਂ ਖਰਾਕਾਂ ਦਾ ਕਹਿੰਦੇ ਖਾਂਦਾ ਪੀਂਦਾ ਹੱਸਦਾ ਖੇਡਦਾ ਲੱਭ ਖੜਾਪੀ ਖਾਵੇ ਉਹ ਕੀ ਮੱਲ ਬਣ ਜੂ ਜਿਹੜਾ ਸੁੱਖ ਸੁੱਖ ਖਰਾਕਾਂ ਖਾਵੇ ਉਹ ਕੀ ਮੱਲ ਬਣ ਜੂ ਜਿਹੜਾ ਸੁੱਖ ਸੁੱਖ ਕੇ ਖਰਾਕਾਂ ਖਾਵੇ ਕਿਉਂਕਿ ਜੇ ਮੱਲ ਬਣਨਾ ਵਾ ਤੇ ਫਿਰ ਖਰਾਕਾਂ ਖਾਣੀਆਂ ਪੈਣੀਆਂ ਮਿਹਨਤਾਂ ਲਾਉਣੀਆਂ ਉਧਰ ਫੌਜੀ ਸਾਹਿਬ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਫੌਜੀ ਸਾਹਿਬ ਜਿਹੜੇ ਬਹੁਤ ਹੀ ਸਤਿਕਾਰਯੋਗ ਲਓ ਅੱਜ ਕੁਸ਼ਤੀ ਫੇਰ ਕਹਿੰਦੇ ਤਗੜੀ ਚੱਲ ਰਹੀ ਭਟਕੇ ਨੇ ਮੇਰੇ ਪੰਜਾਬੀ ਵੀਰੋ ਉਹ ਕਾਲੀ ਲੰਗੋਰ ਦੇ ਵਿੱਚ ਮਨਦੀਪ ਆ ਬਾੜੋ ਬਾਲ ਵਾਲਾ ਧੰਨਵਾਦ ਕਰਦੇ ਹਾਂ ਜੀ ਸਾਡੇ ਸਤਿਕਾਰਯੋਗ ਆ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਦਿਲ ਦੀ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਇੱਕ ਬੰਨੇ ਮਨਦੀਪ ਆ ਬਾਹਰੋਂ ਬਾਲ ਵਾਲਾ ਤੇ ਨਾਲ ਕਹਿੰਦੇ ਜੰਮੂ ਵਾਲਾ ਰਾਕੇਸ਼ ਆ ਜਿਹੜੀ ਕੁਸ਼ਤੀ ਪਟਕੇ ਦੀ ਹੋ ਰਹੀ ਆ ਉਧਰੋਂ ਸਾਡੇ ਸਤਿਕਾਰਯੋਗ ਐਮ ਸੀ ਸਾਹਿਬ ਆ ਗੁਰਮੀ ਆ ਫੌਜੀ ਉਹਨਾਂ ਵੱਲੋਂ ਵੀ 2100 ਰੁਪਇਆ ਜਿਹੜਾ ਪਲਵਾਨ ਕਹਿੰਦੇ ਜੇਤੂ ਹੋਏਗਾ 2100 ਰੁਪਇਆ ਲੋ ਤਗੜੀ ਕਹਿੰਦੇ ਬੱਲੇ 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 ਬੱਲੇ
एक मने रकेश आ नाल मनदीप आ मेरे पंजाबी वीर दोनों की कुश्ती कहते जबरदस्त जबरदस्त टक्कर हो रही है नाल ही और बल्ले बल्ले अज कहते हो ही पई आ खेड के मैदान अज कहते अखाड़े के बच्चे दो मल भर लिया केड़ा जितूगा केड़ा जितूगा या फिर तेरा नाम एक बाजू मनदीप आ जोर जमाना दे कहते पूरे जोर चल रहे पंजाबी वीर जोर कहते पूरे चल रहे भलवाना दी छाना वाला भेड़ देखो बह जाओ यारो लैन छड़ के जिन्हें देखना है छाना वाला भेड़ बह जाओ यारो लैन छड़ के लो फिर कहते बराबर दी टक्कर आ पल्ले 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 एक बने मनदीप माड़ोवाल दी धरती दा कहिंदे परवाणिया एक बने जम्मू वाला रकेश आ कहिंदे पसीनो पसीनी होए पए आ मैं तुहानू दस्सिया मेहनतां दे मुल पैंदे हुंदे ग्राउंडां दे होगी लखा दी बाकिया कहिंदे लखा नाल ट्रैक्टर मिलदे रशीन वाले काले अरमान पूरे सब दिलदे बाकिया अरमान भी दिलदे पूरे हो जांदे जिहड़े मेहनतां लांदे आ पर इधर टक्कर कहिंदे बराबर दी आ जित्तां हारां दे फैसले जिहड़े हो जाने कोई इक समय तक हो जाने अज बल्ले बल्ले कहिंदे दो भलवान काले जिहड़े कहिंदे नगर विच पुज्जे आ इक दा नाम कहिंदे लाल नगोड़ वाला कहिंदे जम्मू वाला रकेश आ काली नगोड़ दे विच कहिंदे बाड़ोवाल दी धरती आ ਜਿੱਥੋਂ ਕਹਿੰਦੇ ਮਨਦੀਪ ਆ ਮੇਰੇ ਵੀਰੋ ਦੋ ਪਹਿਲਵਾਨ ਜਿਹੜੇ ਖਾੜੇ ਦੇ ਵਿੱਚ ਘੁਲਦੇ ਪਏ ਆ ਬੱਲੇ 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 ਉਹ ਬੱਲੇ ਕਹਿੰਦੇ ਪੂਰੇ ਪੂਰੇ ਫਸਵੇ ਢੰਗਾਂ ਦੇ ਜੋਰ ਭਰ ਕੇ ਜਾ ਰਹੇ ਆ ਮੈਦਾਨਾਂ ਦੇ ਵਿੱਚ ਉਹ ਕਿੱਥੋਂ ਮੱਲ ਬਣ ਜੋ ਜਿਹੜਾ ਖਾਦਾ ਏ ਖਰਾਕਾ ਸੰਗ ਸੰਗ ਕੇ ਲਓ ਫੇਰ ਕਹਿੰਦੇ ਟੱਕਰ ਜਿਹੜਾ ਬੱਲੇ ਬੱਲੇ ਦੋਨਾਂ ਭਰਮਾਣਾਂ ਦੇ ਵਿੱਚ ਕਹਿੰਦੇ ਕੁੰਡੀਆਂ ਦੇ ਸਿੱਖ ਫਸ ਗਏ ਕਿਹੜੀ ਨਿੱਤ ਰੂਪੜੇ ਵੇ ਖਾਣੀ ਉਹ ਕੁੰਡੀਆਂ ਦੇ ਸਿੱਖ ਫਸ ਗਏ ਕਿਹੜੀ ਨਿੱਤ ਰੂਪੜੇ ਵੇ ਖਾਣੀ ਕਿਹੜੀ ਨਿੱਤ ਸਾਡੇ ਰਿੰਕੂ ਭਾਜੀ ਹੁਣ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਜਿਹੜਾ ਆਪਣਾ ਵਿਸ਼ੇਸ਼ ਸਨਮਾਨ ਪ੍ਰਾਪਤ ਕਰ ਲੈਣ ਜੀ ਕਿਉਂਕਿ ਅੱਜ ਜਿਹੜੀਆਂ ਪਹਿਲਵਾਨੀ ਦੀਆਂ ਗੱਲਾਂ ਹੋਣੀਆਂ ਕਿ ਜਾਨ ਮਾਲ ਵਾਲੀ ਬਣ ਜਾਂਦੀ ਤਾਕਤ ਪੂਰੀ ਹੈ ਕੱਲੀ ਤਾਕਤ ਵੀ ਕੰਮ ਨਹੀਂ ਆਉਂਦੀ ਦਾ ਪੇਜ ਹੋਣੇ ਵੀ ਜ਼ਰੂਰੀ ਹੈ ਦਾ ਪੇਜ ਵੀ ਬਹੁਤ ਜ਼ਰੂਰੀ ਹੈ ਲਾਲਾ ਰਾਹ ਦੇ ਸੋਹਣੀ ਹੀਰ ਵਾਂਗੂ ਕਈ ਮਾਰਦੇ ਇੰਜ ਮੁਲਤਾਨੀਆਂ ਨੇ ਜਰਾ ਗੌਰ ਕਰਨਾ ਸਾਰੇ ਮੇਰੇ ਵੀਰੋ ਇੱਕ ਬੰਨੇ ਕਹਿੰਦੇ ਉਹ ਜੰਮੂ ਵਾਲੇ ਦੀ ਗੱਲ ਆ ਮੇਰੇ ਵੀਰੋ ਜੰਮੂ ਪਿਆ ਬਾਹਰੋ ਵਾਲੀਆਂ ਕਹਿੰਦੇ ਮੱਠੀ ਪਿਆ ਫੌਜੀ ਵੱਲੋਂ ਵੀ ਕਹਿੰਦੇ ਸਾਡੇ ਵੀਰ ਵੱਲੋਂ 2100 ਰੁਪਇਆ ਜੇਤੂ ਭਲਵਾਨ ਲਈ ਸਾਡੇ ਐਮਸੀ ਗੁਰਮੀਤ ਸਿੰਘ ਸਿੱਧੂ ਜੀ ਵੱਲੋਂ ਵੀ 2100 ਰੁਪਏ ਦੇ ਵਿਸ਼ੇਸ਼ ਸਨਮਾਨ ਜੇਤੂ ਭਲਵਾਨ ਲਈ ਦਿੱਤੇ ਜਾਣੇ ਆ ਦੇਖੋ ਹੁਣ ਕਿਹੜਾ ਮੁਕਾਬਲਾ ਕਿਹਦੇ ਮੁਕਾਬਲੇ ਸਾਥ ਦਿੰਦੇ ਸਮੇਂ ਦੇ ਆ ਗੱਲ ਸਮੇਂ ਦੀ ਆ ਪੰਜਾਬੀ ਵੀਰੋ ਗੱਲ ਸਮੇਂ ਦੀ ਆ ਸਭ ਦਾ ਧੰਨਵਾਦ ਦਿਲ ਦੇ ਕੇ ਰੰਗਾਂ ਤੋਂ ਲਓ ਫੇਰ ਟੱਕਰ ਕਹਿੰਦੇ ਭਲਵਾਨਾਂ ਦੀ ਹੋਣ ਜਾ ਰਹੀ ਆ ਇੱਕ ਬੰਨੇ ਜੰਮੂ ਵਾਲਾ ਵਾ ਜਿਹਨੂੰ ਦੁਨੀਆ ਰਕੇਸ਼ ਕਹਿੰਦੀ ਆ ਇੱਕ ਬੰਨੇ ਬਾੜੋ ਵਾਲੀ ਧਰਤੀ ਦਾ ਮੰਦੀ ਪਿਆ ਉਹਨਾਂ ਦਾ ਫਸਮਾ ਮੁਕਾਬਲਾ ਚੱਲ ਰਿਹਾ ਉਹ ਜੱਟ ਦਾ ਮੁਕਾਬਲਾ ਫਸਮਾ ਚੱਲ ਰਿਹਾ ਫਸਮਾ ਕਿ ਮੁੜ ਕੋ ਮੁੜ ਕੇ ਹੋ ਗਿਆ ਕਹਿੰਦੇ ਜੋਰ ਚੋਪਰਾ ਦਾ ਕੰਡਾ ਵੀ ਨਹੀਂ ਚਿਬਦਾ ਜਿਸਮ ਕਠੋਰ ਚੋਪਰਾ ਦਾ ਚੜ੍ਹਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਵੱਜਦੇ ਹੋ ਬੱਲੇ ਹੋ ਬੱਲੇ ਹੋ ਬੱਲੇ ਇੱਕ ਬੰਨੇ ਜੰਮੂ ਵਾਲਾ ਇੱਕ ਬੰਨੇ ਬਾੜੋ ਵਾਲ ਸ਼ੇਰਾਂ ਨਾਲ ਬੱਬਰ ਸ਼ੇਰਾਂ ਦੀ ਕਹਿੰਦੇ 20 ਮਿੰਟ ਦਾ ਸਮਾਂ ਵਾ ਜੇ ਬਰਾਬਰ ਹੋ ਗਈ ਕੁਸ਼ਤੀ ਤੇ ਫਿਰ ਪੁਆਇੰਟਾਂ ਦੇ ਚੱਲੂਗੀ 5 ਮਿੰਟ ਦਾ ਸਮਾਂ ਹੋਊਗਾ ਫਿਰ ਪੁਆਇੰਟਾਂ ਦੇ ਜੇ 20 ਮਿੰਟ ਤੋਂ ਬਾਅਦ ਬਰਾਬਰ ਦੀ ਟੱਕਰ ਰਹੀ ਫਿਰ 5 ਮਿੰਟ ਦਾ ਸਮਾਂ ਦਿੱਤਾ ਜਾਊਗਾ ਫਿਰ ਪੁਆਇੰਟਾਂ ਦੇ ਕਹਿੰਦੇ ਜਿੱਤ ਹਾਰ ਦੇ ਫੈਸਲੇ ਹੋਣੇ ਆ ਵੱਡੇ ਵੱਡੇ ਜੇਤੂ ਹਾਰਦੇ ਵੇਖੇ ਮੈਂ ਫਿਰ
15 मिनट हो चुके जी जम्मू वाला ढकते अज फिर कहते पैनिया पैनिया लो फिर कहते खेल बल्ले बल्ले होई पैया बल्ले बल्ले होई पैया पर समा थोड़ा वा समा थोड़ा वा एक बने ओ जम्मू वाला रकेश या मेरे पंजाबी वीरो नाल कहते जरूरी होता कुश्ती ते पलवानी दा के जेकर जरूरी और बल्ले 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 फेर कदे होगा और फेर कदे एक बने फेर कदे जम्मू वाला पर दोनों कदे चोटी ने सुपरस्टार कदे अखाड़ा है पूरा पलवानी में जो चल रहा मेरे वीडियो पूरे कदे पलवानी में जोर पर के पलवान जितूगा 500 रुपए उन्होंने वालों ने जेतू पलवानों दिते जाने आ जोरावर मैं गांव पर तो भी साने बहुत ही सरकार जोग पलवाना लेकरे जिधे मार पंजाबे भैया ये राजतूगा उन्होंने वालों ने 500 रुपए देता जाना लो फिर कहे टक्कर फिर बराबर दिन साना दी कहे हो चुकी आ केरा कहे आगे केरा पेटे आगे केरा रोटी लगे लास्ट 2 मिनट का समा वा पलवानों लास्ट 2 मिनट का समा वा ढाले कोल और एक बने फिर बनती पिया एक बने जम्मू वाला रकेश कराई जाते कहते खेल के मैदान अखाड़े दे कहते पूरा जोर लग चुका पलवाना का पूरा कहते बल्ले बल्ले हो चुकी आ लास्ट एक मिनट का समा वा एक मिनट के बिच कहते बल्ले 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 मनदीप ने रकेश मनदीप ने रकेश मनदीप ने रकेश ओ बल्ले 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 ओ बल्ले बल्ले पलवाना बल्ले पलवाना बल्ले पलवाना बल्ले पलवाना केड़ा 71 100 दा हकदार बनदा अज केड़ा कहंदे 2100 जेड़े साडे सत्कार जोग जेड़े गेस्ट पुजे उहनां वल्लों भी जेड़ा भाई लंगोटा नहीं फटना पलवानों लंगोटा नहीं क्योंकि पॉइंटा ने आप कुश्ती चलनी है लंगोट रूड़ा फड़े ये रकम जरूरी है साढ़े सत्कार योग रैफरी सिवान मक्खण सिंह जी पलवान साढ़े लक्की सिंह जी भाई जिन्हें भी साडे मन आए उन्होंने बेनती है जो अपना गुरु का लंगर जो चल रहा वा वह जरूर अपना जो छके जाए
ਤੇ ਨਾਲ ਹੀ ਗੁਰੂ ਕੇ ਲੰਗਰ ਚੱਲ ਰਹੇ ਆ ਸਾਡੇ ਸਾਰੇ ਭਰਾ ਜਿੰਨੇ ਵੀ ਆ ਉਹ ਜ਼ਰੂਰ ਗੁਰੂ ਕੇ ਲੰਗਰ ਛੱਕ ਕੇ ਜਾਣ ਕਿਉਂਕਿ ਗੋਡ ਬਲੈਸ ਜੋ ਰੱਬ ਸਾਰਿਆਂ ਨੂੰ ਖੁਸ਼ ਰੱਖੇ ਤਰੱਕੀਆਂ ਬਖਸ਼ੇ ਏਦਾਂ ਸਾਡੇ ਭਰਾ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਇਹਨਾਂ ਦੇ ਭਰਾ ਸਾਡੇ ਖੁਸ਼ ਰਹਿਣ ਅੱਜ